ਸਾਤਰੀਏ ਕਾਲ ਤੁਸੀਂ ਹੀ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਸਿਆਸੀ ਮਾਰ ਪ੍ਰੋਫੈਸਰ ਮਰਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰਕਰਚਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਸਰ ਸੋਮਵਾਰ 26 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਉਸ اجلاس ਦੇ ਵਿੱਚ ਕੀ ਕੁਝ ਹੋਇਆ ਉਹਨੂੰ ਲੈ ਕੇ ਸਿਆਸਤ ਕਾਫੀ ਭਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇੱਥੋਂ ਤੱਕ ਟਵੀਟ ਕਰ ਦਿੱਤਾ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਮੁੱਖ ਬੁਲਾਰਾ ਦੱਸਦਾ ਅਕਾਲੀ ਦਲ ਦਾ ਤੇ ਕਹਿੰਦਾ ਕਿ ਮੈਨੂੰ ਗਾਲਾਂ ਕੱਢਣ ਤੋਂ ਸਿਵਾ ਹੋਰ ਕੁਝ ਕੀਤਾ ਕਿ ਨਹੀਂ ਕੀਤਾ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਉਹ ਕਹਿੰਦੇ ਕਬੂਤਰ ਦੇ ਅੱਖਾਂ ਮੀਚਦੇ ਆ ਬਿੱਲੀ ਨਹੀਂ ਭੱਜਦੀ ਮਤਲਬ ਕਿ ਉਹ ਕਹਿੰਦੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਦਾ ਜਿਹੜਾ رائے ਹੈ ਲੋਕਾਂ ਦੀ ਜਾਂ ਲੋਕਾਂ ਦੀ ਸਹਿਮਤੀ ਜਿਹੜੀ ਹੈ ਉਹ ਸਰਕਾਰ ਦੇ ਨਾਲ ਹੈ ਪਰ ਹੈਰਾਨੀ ਦੀ ਇਸ ਗੱਲ ਦੀ ਰਹੀ ਇਸ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਹਾਲੇ ਆਪਣੇ ਪੱਤੇ ਨਹੀਂ ਖੋਲੇ ਪ੍ਰੋਫੈਸਰ ਸਾਹਿਬ ਇਸ ਜੋ ਟਕਰਾਅ ਦੀ ਸਥਿਤੀ ਹੈ ਸਿੱਧੇ ਤੌਰ ਦੇ ਉੱਤੇ ਨਜ਼ਰ ਆਉਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਛੋਟੀ ਛੋਟੀ ਜਿਹੜੀ ਐਕਟੀਵਿਟੀ ਹੈ ਸ਼੍ਰੋਮਣੀ ਕਮੇਟੀ ਦੀ ਜਾਂ ਕਾਲੀ ਦਲ ਦੀ ਉਹਦੇ ਉੱਤੇ ਬੜੀ ਬਾਰੀਕੀ ਦੇ ਨਾਲ ਨਜ਼ਰ ਰੱਖ ਰਹੇ ਨੇ ਭਾਵੇਂ ਉਹ ਚੰਡੀਗੜ੍ਹ ਦੀ ਮੀਟਿੰਗ ਹੋਵੇ ਜਾਂ ਫਿਰ ਸ਼੍ਰੋਮਣੀ ਕਮੇਟੀ ਦੀ ਹੋਣ ਦੀ ਮੀਟਿੰਗ ਹੋਵੇ ਜਾਂ ਫਿਰ ਅੱਗੇ ਦੇ ਉਹਨਾਂ ਦੇ ਸਟੈਪ ਹੋਣ ਦੇਖੋ ਸੁਖਵਿੰਦਰ ਦੇ ਦੋਹੀ ਪਾਸੇ ਬੰਦਿਆਂ ਨੂੰ ਸੋਚਣਾ ਚਾਹੀਦਾ ਪਹਿਲੀ ਗੱਲ ਤੇ ਕਿ ਜਿਹੜਿਆ ਭਗਵੰਤ ਮਾਨ ਦੀ ਸਰਕਾਰ ਆ ਇਹਨਾਂ ਧਰਮ ਤੋਂ ਮਖਾਣੇ ਲੈਣੇ ਆ ਇਹਨਾਂ ਨੂੰ ਤੇ ਸਾਰੇ ਧਰਮਾਂ ਨੇ ਵੋਟਾਂ ਪਾਈਆਂ ਇਹਨਾਂ ਨੂੰ ਮੁਸਲਮਾਨਾਂ ਨੇ ਵੀ ਪਾਈਆਂ ਸਿੱਖਾਂ ਨੇ ਵੀ ਪਾਈਆਂ ਹਿੰਦੂਆਂ ਨੇ ਵੀ ਪਾਈਆਂ ਕ੍ਰਿਸਚੀਅਨਾਂ ਨੇ ਵੀ ਪਾਈਆਂ ਫਿਰ ਸਾਰੀਆਂ ਜਾਤ ਬਰਾਦਰੀਆਂ ਨੇ ਵੀ ਪਾਈਆਂ ਕਿਸੇ ਨੇ ਘੱਟ ਪਾਈ ਹੋਊ ਕਿਸੇ ਨੇ ਵੱਧ ਪਾਈ ਹੋ ਤੇ ਤੁਸੀਂ ਇੱਕ ਧਰਮ ਦੇ ਕੋਲੋਂ ਕੀ ਲੈਣਾ ਤੁਸੀਂ ਵਿੱਚ ਪੰਗੇ ਕਿਉਂ ਲੈਣੇ ਆ ਮੇਰਾ ਤੇ ਇਹਨਾਂ ਨੂੰ ਸਵਾਲ ਤੇ ਇੰਨਾ ਹੀ ਆ ਉਹਦਾ ਪ੍ਰਸਾਰਨ ਹੋ ਰਿਹਾ ਕਿ ਨਹੀਂ ਹੋ ਰਿਹਾ ਕੱਲ ਨੂੰ ਤੁਸੀਂ ਕਹੋਗੇ ਕਿ ਦੇਖੋ ਜੀ ਦਰ ਗਿਆਨਾ ਮੰਦਿਰ ਦਾ ਪ੍ਰਸਾਰਨ ਕਿਉਂ ਨਹੀਂ ਹੋ ਰਿਹਾ ਉਹਦਾ ਵੀ ਹੋਣਾ ਚਾਹੀਦਾ ਜਾਂ ਕਿਸੇ ਹੋਰ ਦਾ ਕਿਉਂ ਨਹੀਂ ਹੋ ਰਿਹਾ ਸਰਕਾਰ ਨੇ ਧਰਮ ਦੇ ਵਿੱਚੋਂ ਲੈਣਾ ਕੀ ਆ ਪਹਿਲੀ ਗੱਲ ਤੇ ਇਹਨਾਂ ਦੀ ਬਹੁਤ ਗਲਤੀ ਹੈਗੀ ਆ ਖਾਸ ਕਰਕੇ ਜਦੋਂ ਇਹ ਖੁਦ ਸਮਝਦੇ ਆ ਫਿਰ ਜਿੰਨੇ ਮਰਜੀਏ ਨਾਸਤਿਕ ਹੋਣ ਜਾਂ ਆਸਤਿਕ ਹੋਣ ਜਾਂ ਜੋ ਉਹਨਾਂ ਦੇ عقਈਦੇ ਉਹ ਅਲੱਗ-ਅਲੱਗ ਬੰਦੇ ਦਾ ਅਲੱਗ-ਅਲੱਗ ਆ ਤੇ ਉਹਨੂੰ ਉਸੇ ਤਰੀਕੇ ਨਾਲ ਹੀ ਸਤਕਾ ਸਤਕਾਰਪੂਰਵਕ ਅਧਿਕਾਰ ਵੀ ਹੈ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਂਦਾ ਮੈਂ ਕੋਈ ਇੱਕ ਸਾਈਡ ਲੈ ਕੇ ਗੱਲ ਨਹੀਂ ਕਰਨੀ ਚਾਹੁੰਦਾ ਪਰ ਉਹਨਾਂ ਨੂੰ ਮੋਟਾ-ਮੋਟਾ ਕਿਉਂਕਿ ਬੀਇੰਗ ਸਿੱਖ ਅੰਦਾਜ਼ਾ ਤੇ ਹੈ ਹੀ ਆ ਕਿ ਸਿੱਖ ਜਿਹੜੀ ਸਾਡੀ ਪਾਰਲੀਮੈਂਟ ਆ ਉਹਦੇ ਕੀ ਅਸੂਲ ਆ ਕੀ ਇਤਿਹਾਸ ਆ ਫਿਰ ਤੇ ਹੋਰ ਵੀ ਜ਼ਰੂਰੀ ਹੈਗਾ ਤਾਂ ਹੀ ਅੱਜ ਗੱਲਾਂ ਕਈ ਕਿਸਮ ਦੀਆਂ ਉੱਠਣ ਕੱਲ ਇੱਕੋ ਕੱਲੀ ਇਹ ਨਹੀਂ ਉੱઠી ਹੈ ਤੇ ਪ੍ਰਸਾਰਨ ਦੀ ਜਾਂ ਉਹ ਤੇ ਸਭੋਂ ਰਾਦਰ ਗੱਲ ਉੱਠੀ ਨਹੀਂ ਗੱਲ ਇਹ ਉੱਠੀ ਜੇ ਤੇ ਸਾਰੇ ਹੀ ਸਹਿਮਤ ਸੀਗੇ ਕੌਣ ਕੌਣ ਜਿਹੜੇ ਵਿਰੋਧਤਾ ਵਾਲੇ ਸੀਗੇ ਜਿਹੜੇ ਕਦੀ ਅਲੱਗ ਵੀ ਹੋਏ ਸੀਗੇ ਜਿਹੜੇ ਫਾਰ ਇਗਜ਼ੈਂਸ ਆਪਣੇ ਬੀਬੀ ਜਗੀਰ ਕੌਰ ਜੀ ਵੀ ਸੀਗੇ ਬੜੇ ਟੜਲੇ ਨਾਲ ਬੋਲੇ ਹੋਰ ਵੀ ਕਈ ਇਸ ਤਰੀਕੇ ਦੇ ਲੱਗ-ਲੱਗ ਮਤਾਂ ਦੇ ਬੰਦੇ ਬੋਲੇ ਟੋੜਾ ਗਰੁੱਪ ਦੇ ਵੀ ਬੰਦੇ ਬੋਲੇ ਹੋਣਗੇ ਮੈਨੂੰ ਸਾਰਿਆਂ ਦੀ ਪਛਾਣ ਨਹੀਂ ਹੈ ਉਹ ਜਦੋਂ ਸਾਰਿਆਂ ਦੇ ਤੇ ਸਾਰਿਆਂ ਦੀ ਇੱਕ ਸੁਰਤਾ ਮਨਜਿੰਦਰ ਸਿੰਘ ਸਰਸਾਹੋਤ ਨਹੀਂ ਸੀ ਉਹ ਤੇ ਉੱਥੇ ਦਿੱਲੀੋਂ ਆਪਣਾ ਬਿਆਨ ਦੇ ਰਹੇ ਸੀ ਉੱਥੋਂ ਲੈ ਕੇ ਥੱਲੇ ਤੱਕ ਹਰ ਬੰਦਾ ਇਹੀ ਗੱਲ ਕਹਿ ਰਿਹਾ ਸੀਗਾ ਕਿ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਸਿੱਖ ਸੰਸਥਾ ਤੇ ਉਹਦੀ ਆਟਨਮੀ ਤੇ ਉਹਦੀ ਜਿਹੜੀ ਸਵੈਤਤਾ ਉਹਦੇ ਤੇ ਹਮਲਾ ਹੈਗਾ ਇਸ ਲਈ ਇੱਕ ਗੱਲ ਤੇ ਇਹ ਰੀਵਿਊ ਕਰ ਲੈਣ ਜਿਹੜੇ ਆਪਣੀ ਭਗਵੰਤਮਾਨ ਹੁਣਾਂ ਦੀ ਸਰਕਾਰ ਆ ਉਹ ਬਿਲਕੁਲ ਇਸ ਗੱਲ ਤੇ ਰੀਵਿਊ ਕਰ ਲੈਣਾ ਕਿ ਕੀ ਇਸ ਤਰ੍ਹਾਂ ਹੀ ਮੱਥਾ ਲਾ ਰੱਖਣਾ ਜਾਂ ਆਪਾਂ ਪਛਾਹ ਹਟ ਕੇ ਤੇ ਇਸ ਗੱਲ ਤੋਂ ਗੱਲ ਦੂਜੀ ਵਾਲੀ ਪਾਸੇ ਚੱਲਣਾ ਉਹ ਗੱਲ ਅਲੱਗ ਹੈਗੀ ਆ ਕੋਈ ਹੋਰ ਆ ਕਿਦਾਂ ਆ ਰਹੀ ਗੱਲ ਹੁਣ ਪ੍ਰਸਾਰਨ ਇਹ ਐਸਜੀਪੀਸੀ ਨੂੰ ਸੋਚਣਾ ਚਾਹੀਦਾ ਕਿ ਜਦੋਂ ਇਹ ਇਨਾ ਵਾ ਮੀਉ ਦੀ ਗੱਲ ਉਹਨਾਂ ਦੇ ਚ ਸਦਮ ਹੋਵੇ ਜਾਂ ਨਾ ਹੋਵੇ ਉਹ ਗੱਲ ਅਲੱਗ ਹੈਗੀ ਜਦੋਂ ਗੱਲ ਏਡੀ ਵੱਡੀ ਚਰਚਾ ਬਾਣੀ ਜਾਏ ਤਾਂ ਫਿਰ ਉਹਨਾਂ ਦਾ ਹਿੱਤ ਇਹ ਕਿਹੜੀ ਗੱਲ ਚ ਆ ਕਿ ਉਹ ਸਿਰਫ ਇੱਕ ਚੈਨਲ ਨੂੰ ਦੇਣਾ ਚਾਹੁੰਦੇ ਉਹਨਾਂ ਦਾ ਕੰਮ ਹੋ ਰਿਹਾ ਐਸਜੀਪੀਸੀ ਚ ਵੀ ਹਰ ਧਰਮ ਦੇ ਹਰ ਕੀਦੇ ਦੇ ਲੋਕ ਜਾਂਦੇ ਹਰ ਜਾਤ ਬਰਾਦਰੀ ਦੇ ਲੋਕ ਜਾਂਦੇ ਆ ਸਾਰੇ ਵਿਦੇਸ਼ਾਂ ਵਿਦੇਸ਼ਾਂ ਤੋਂ ਜਾਂਦੇ ਆ ਉੱਥੇ ਐਸਜੀਪੀਸੀ ਦੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਨਾਤਮਸਤਕ ਹੁੰਦੇ ਜਾਂਦੇ ਜਿਹੜਾ ਗੁਰਬਾਣੀ ਦੇ ਪ੍ਰਸਾਰਨ ਦੀ ਗੱਲ ਮੈਂ ਉਹ ਕਰ ਰਿਹਾ ਐਸਜੀਪੀਸੀ ਦਾ ਮੈਂ ਪਰਸੇ ਨਹੀਂ ਗੱਲ ਕਰ ਰਿਹਾ ਇਸ ਲਈ ਜੇ ਦੀ ਨਮਾਇੰਦਗੀ ਸਿੱਖ ਬਾਡੀ ਦੀ ਕਰਦੇ ਆ ਸਿੱਖ ਬੜੇ ਖੁੱਲੇ ਖਲਾਸੇ ਸਭਾ ਤੇ ਵਿਚਾਰਦੇ ਹੋਣੇ ਚਾਹੀਦੇ ਤੁਹਾਨੂੰ ਜਦੋਂ ਤੁਹਾਡੇ ਆਪਣੇ ਹੀ ਜਥੇਦਾਰ ਸਾਹਿਬ ਨੇ ਅੱਜ ਵੀ ਗੱਲਾਂ ਉਠੀਆਂ ਉਸ ਮੀਟਿੰਗ ਦੇ ਵਿੱਚ ਜਸਵੰਤ ਸਿੰਘ ਉਹਨਾਂ ਨੇ ਗੱਲਾਂ ਠਾਈਆਂ ਜਾਂ ਕਿ ਤਾਂ ਕਿਹਾ ਕਿ ਦੇਖੋ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਐ ਕਿ ਇਹ ਜਿਹੜੀ ਇੱਕ ਪੀਟੀਸੀ ਕਲਾਕਰ ਨਾ ਲੈ ਕੇ ਕਿਹਾ ਜਦਕਿ ਇਹ ਜਿਹੜਾ ਰਿਜ਼ੋਲਵ ਕੀਤਾ ਆ ਸਰਕਾਰ ਨੇ ਐਮੈਂਡਮੈਂਟ ਦਾ 2023 ਦਾ ਕਰਤਾ ਐ ਐਜੀਪੀਸੀ ਦਾ ਉਸ ਤੇ ਉਹਨਾਂ ਨੇ ਸਾਰਿਆਂ ਨੇ ਬੜਾ ਇਤਰਾਜ਼ ਕੀਤਾ ਬੜੀ ਸਖਤ ਵਿਰੋਧਤਾ ਕੀਤੀ ਰੋਸ ਕੀਤਾ ਤਾਂ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਦੋਂ ਇਹ ਗਿਆਨੀ ਹਰਪ੍ਰੀਤ ਉਹਨਾਂ ਨੇ ਇਹ ਗੱਲ ਹੋ ਹੀ ਗਈ ਸੀ ਹਰਪ੍ਰੀਤ ਸਿੰਘ ਉਹਨਾਂ ਤੋਂ ਜਥੇਦਾਰ ਉਹਨਾਂ ਤੋਂ ਅਕਾਲ ਤਖਤ ਦੇ ਜਥੇਦਾਰਾਂ ਦੀ ਮੈਂ ਗੱਲ ਕਰ ਰਿਹਾ ਜਦੋਂ ਉਹਨਾਂ ਨੇ ਕੀਤੀ ਸੀਗੀ ਇਹ ਗੱਲ ਕਿ ਅਸੀਂ ਇਸ ਨੂੰ ਕਰਾਂਗੇ ਆਪਣੇ ਤੌਰ ਤੇ ਫਿਰ ਉਹਨੂੰ ਲਾਗੂ ਕਿਉਂ ਨਹੀਂ ਕੀਤਾ ਇਹ ਮੇਰਾ ਖਿਆਲ ਹੈ ਕਿ ਇੱਕ ਅਲੱਗ ਮੀਟਿੰਗ ਜਾਂ ਸਬ ਕਮੇਟੀ ਬਣਾ ਕੇ ਇਹਦੀ ਸਾਰੀ ਕੀ ਆਪਾਂ ਪਰਚੋਲ ਕਰਕੇ ਇਹਦੇ ਚ ਕੀ ਹੋਊ ਕੀ ਨਹੀਂ ਹੋਊ ਮੈਂ ਸੁਣ ਰਿਹਾ ਸੀ ਉਹਨੇ ਬਿਰਸਾ ਸਿੰਘ ਬਲਟੋਹਾ ਦਾ ਕਿ ਦੇਖੋ ਜੀ ਉਹ ਵੇਖਣ ਨੂੰ ਇੰਜ ਲੱਗਦਾ ਜੀ ਜਦੋਂ ਉਹਨੂੰ ਕਰਾਂਗੇ ਕੋਈ ਗਲਤੀ ਰਹਿ ਜੇ ਜੀ ਕੋਈ ਕਮੀ ਹੋ ਜੇ ਜੀ ਫਿਰ ਉਹ ਕਿੱਦਾਂ ਹੋਊਗਾ ਇਹ ਬਹੁਤ ਜ਼ਿੰਮੇਵਾਰੀ ਦੀ ਗੱਲ ਆ ਫਿਰ ਐਜਪੀਸੀ ਦੀ ਜਵਾਬਦੇਹੀ ਹੋ ਜੂਗੀ ਜ਼ਰੂਰ ਹੋ ਜੂਗੀ ਹੋਣੀ ਵੀ ਚਾਹੀਦੀ ਆ ਉਹਨਾਂ ਦਾ ਮਤਲਬ ਇਹ ਸੀ ਬਿਰਸਾ ਸਿੰਘ ਬਲਟੋਹਾ ਦਾ ਕਿ ਅਸੀਂ ਤੇ ਆਊਟਸੋਰਸ ਕਰਤਾ ਵਿਦ ਕੰਡੀਸ਼ਨਸ ਅਸੀਂ ਆਪ ਇਸ ਗੱਲ ਦੇ ਖੜ ਜਗਨ ਚ ਨਹੀਂ ਪੈਣਾ ਚਾਹੁੰਦੇ ਪ੍ਰਸੰਨ ਕਿਉਂਕਿ ਇਹ ਬਹੁਤ ਇੱਕ ਅਲੱਗ ਕਿਸਮ ਦੀ ਟੈਕਨੋਲੋਜੀ ਸਿਸਟਮ ਪੂਰੇ ਦਾ ਪੂਰਾ ਆਧਾਰਾ ਚਾਹੀਦਾ ਹੁਣ ਇਸ ਗੱਲ ਦਾ ਤੁਸੀਂ ਬਿਲਕੁਲ ਇਹ ਠੀਕ ਗੱਲ ਕਰ ਰਹੇ ਆ ਭਗਵੰਤ ਮਾਨ ਹੁਣੀ ਕਿ ਉਸ ਮਸਲੇ ਤੇ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਸੀ ਜੀ ਬਿਲਕੁਲ ਹੋ ਜਾਂਦਾ ਤੇ ਚੰਗੀ ਗੱਲ ਸੀਗੀ ਪਰ ਹਾਲ ਵੀ ਕਿਹੜੀ ਜਿਹੜੀ ਇਹਨਾਂ ਨੇ ਮੀਟਿੰਗ ਸੱਦੀ ਐ ਸੋਮਵਾਰ ਨੂੰ ਉਹਦੇ 'ਚ ਇਸ ਗੱਲ ਦਾ ਨਹੀਂ ਸੀਗਾ ਉਹਨਾਂ ਦਾ ਮੁੱਦਾ ਉਹਨਾਂ ਦਾ ਮੁੱਦਾ ਹੀ ਇਸ ਗੱਲ ਤੇ ਰੱਖਿਆ ਸੀ ਰੱਖਿਆ ਸੀਗਾ ਕਿ ਆਪਾਂ ਤੇ ਜਿਹੜਾ ਇਹ ਨਵਾਂ ਕਾਨੂੰਨ ਬਣ ਗਿਆ ਜਿਹੜੀ ਸਾਡੀ ਆਜ਼ਾਦੀ ਤੇ ਹਮਲਾ ਆ ਤੇ ਉਹਦਾ ਜਵਾਬ ਅਸੀਂ ਕੀ ਦੇਣਾ ਤੇ ਉਹਦਾ ਉਹਨਾਂ ਨੇ ਇਹ ਮੋٹے ਤੌਰ ਤੇ ਦੋ ਗੱਲਾਂ ਕਹੀਆਂ ਇੱਕ ਤੇ ਉਹਦਾ ਅਨਲਿਸਿਸ ਦੇ ਪਾਰਟ ਦੇ ਵਿੱਚ ਇਹ ਕਿਹਾ ਕਿ ਭਗਵੰਤ ਮਾਨ ਹੁਣੀ ਇਹ ਆਪਣੀ ਵੱਲੋਂ ਨਹੀਂ ਕਰ ਰਹੇ ਇਹਨਾਂ ਤੋਂ ਕੇਜਰੀਵਾਲ ਸਾਹਿਬ ਕਰਵਾ ਰਹੇ ਇਹ ਦਿੱਲੀ ਕਰਵਾ ਰਹੀ ਸਿਕਸ ਇਨਸਥਾਨਾਂ ਨੂੰ ਕਮਜ਼ੋਰ ਕਰਨ ਲਈ ਉਹਨਾਂ ਨੂੰ ਛਿਨਬਿਨ ਕਰਨ ਲਈ ਉਸ ਕਿਸਮ ਦੀ ਇੱਕ ਚਾਲ ਦੇ ਤਹਿਤ ਕੀਤਾ ਜਾ ਰਿਹਾ ਹੈ ਇੱਕ ਤੇ ਇਸ ਕਿਸਮ ਦਾ ਰਿਜ਼ੋਲਵ ਤੇ ਇੱਕ ਕਿਸਮ ਦੀ ਸਮਝ ਬਣਾਈ ਤੇ ਜਵਾਬ ਵਿੱਚ ਉਹਨਾਂ ਨੇ ਕਿਹਾ ਐਕਸ਼ਨ ਪਾਰਟ ਕਿ جانتے ਹੋ ਇਸ ਕਾਨੂੰਨ ਨੂੰ ਜਿਹੜਾ ਜੇ ਬਿੱਲ ਦੇ ਰੂਪ ਚ ਗਿਆ ਪਾਸ ਹੋਣ ਲਈ ਕਾਨੂੰਨ ਬਣ ਕੇ ਬਣੂਗਾ ਜਦੋਂ ਦਸਕਤ ਹੋ ਜਾਣਗੇ ਗਵਰਨਰ ਸਾਹਿਬ ਦੇ ਜਾਂ ਤੇ ਉਹਨੂੰ ਵਾਪਸ ਲੈ ਲੈਣ ਜੇ ਉਹ ਵਾਪਸ ਨਹੀਂ ਲੈਂਦੇ ਤਾਂ ਫਿਰ ਮੋਰਚਾ ਬੰਦੀ ਹੋਊਗੀ ਉਹਦੀ ਉਹਨਾਂ ਨੇ ਪੂਰੀ ਲਾਂਬੰਦੀ ਦੇ ਤਰੀਕੇ ਵੀ ਕਿ 117 ਹਲਕੇ ਹੈਗੇ ਆ ਕੱਲੇ-ਕੱਲੇ ਚੋਂ ਆਪਾਂ ਜਥੇਦਾਨਾਂ ਦੀ ਡਿਊਟੀ ਲਾਵਾਂਗੇ ਉਹ ਅਰਦਾਸ ਕਰਕੇ ਬੈਠਿਆ ਕਰਨਗੇ 117 ਦਿਨਾਂ ਜਨੰਗ ਜਾਣਗੇ ਹਰਿਆਣੇ ਵਾਲੇ ਸਿੰਘ ਵੀ ਆਉਣਗੇ ਤੇ ਫਿਰ ਅਸੀਂ ਧਰਮ ਜੋਧ ਵਾਂਗੂ ਇੱਕ ਲੰਮਾ ਯੁੱਧ ਦਾ ਐਲਾਨ ਕਰ ਦੇਾਂਗੇ ਜੇ ਇਹ ਬਿੱਲ ਨੂੰ ਆਪਣੇ ਤੌਰ ਤੇ ਵਾਪਸ ਨਹੀਂ ਲੈਂਦੇ ਇਸ ਕਿਸਮ ਦਾ ਮਾਹੌਲ ਬਣਿਆ ਕੋਈ ਚੰਗਾ ਮਾਹੌਲ ਨਹੀਂ ਹੈ ਆਪਸ ਵਿੱਚ ਲੜਾਈ ਦਾ ਮਾਹੌਲ ਹੈਗਾ ਇਹਦਾ ਈਜ਼ੀ ਤੇ ਸੌਖਾ ਹੱਲ ਇਹੀ ਹੈਗਾ ਕਿ ਐਸਜੀਪੀਸੀ ਜਿਹੜੀਆਂ ਉਹਨਾਂ ਦੀਆਂ ਖਾਮੀਆਂ ਤੇ ਬਹੁਤ ਸਾਰੀਆਂ ਊਨਤਾਈਆਂ ਤੇ ਬਹੁਤ ਸਾਰੇ ਅੰਦਰੂਨੀ ਸਵਾਲ ਆ ਉਹ ਬੀਬੀ ਜਗੀਰ ਕੋਲ ਉਹਨਾਂ ਨੇ ਵੀ ਉਸ ਗੱਲ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਉੱਥੇ ਉਹਨਾਂ ਨੂੰ ਨਹੀਂ ਵੀ ਬੋਲਣ ਦਿੱਤਾ ਗਿਆ ਜਿਹੜਾ ਕਿ ਬੋਲਣ ਦੇਣਾ ਚਾਹੀਦਾ ਸੀ ਮੇਰੇ ਮੁਤਾਬਕ ਕੀ ਹੈ ਤੁਸੀਂ ਖੁੱਲ ਕੇ ਗੱਲਾਂ ਕਰੋ ਕੋਈ ਹੈ ਐਨਾ ਵੀ ਡਰਦੀ ਕਿਹੜੀ ਲੋੜ ਹੈ ਕੋਈ ਇੱਕ ਦਿਨ ਦੇ ਨਾਲ ਐਡਾ ਸਾਰਾ ਜਦੋਂ ਅਸੀਂ 100 ਸਾਲ ਦੇ ਇਤਿਹਾਸ ਨੂੰ ਕਹਿੰਨੇ ਆ ਤੇ ਉਹ 5 ਮਿੰਟ ਦੇ ਭਾਸ਼ਣ ਦੇ ਨਾਲ ਜਾਂ 10 ਮਿੰਟਾਂ ਦੇ ਭਾਸ਼ਣ ਨਾਲ ਪੇਤਲਾ ਬੈਜੂਗਾ ਟੁੱਟ ਜਾਊਗਾ ਉੱਚ ਤੇੜਾ ਆ ਜਾਣਗੀਆਂ ਆਪਾਂ ਆਪਣੀਆਂ ਗੱਲ ਤੇ ਹੀ ਪਰੋਸਾ ਕਰੀਏ ਨਾ ਜਦੋਂ ਅਸੀਂ ਕਹਿੰਨੇ ਆ ਕਿ 100 ਸਾਲ ਸਾਲ ਦਾ ਇਹਦੀ ਫਾਊਂਡੇਸ਼ਨ ਐਡੀ ਸਟਰੋਂਗ ਫਿਰ ਇੱਕ ਇਹੋ ਜਿਹਾ ਐਕਟ ਬਣਦੇ ਨਾਲ ਜਿਹੜਾ ਉਹ ਨੂੰ ਵੀ ਕੁਝ ਨਹੀਂ ਹੋਣ ਵਾਲਾ ਇਹ ਗੱਲਾਂ ਉੱਥੇ ਹੋਈਆਂ ਤੁਸੀਂ ਵੀ ਸੁਣੀਆਂ ਅਸੀਂ ਵੀ ਸੁਣੀਆਂ ਮੇਰੀ ਤੇ ਬੇਨਤੀ ਹੈ ਕਿ ਸਰਕਾਰ ਤੁਰੰਤ ਕਿਸੇ ਵੀ ਧਰਮ ਦੇ ਮਾਮਲੇ 'ਚ ਆਪਣੇ ਆਪ ਨੂੰ ਬਾਹਰ ਕਰੇ ਪਰ ਉਹਨਾਂ ਨੇ ਇਹ ਧਰਮ ਦੀਆਂ ਸੰਸਥਾਨ ਫੈਸਲਾ ਕਰਨ ਕਿ ਉਹਨਾਂ ਨੇ BBC ਲੰਡਨ ਤੋਂ ਇਹਦਾ ਪ੍ਰਸਾਰ ਕਰਾਉਣਾ ਜਾਂ ਨਿਊਯਾਰਕ ਤੋਂ CNN ਤੋਂ ਕਰਾਉਣਾ ਜਾਂ PTC ਤੋਂ ਕਰਾਉਣਾ ਜਾਂ ਸਾਰਿਆਂ ਤੋਂ ਕਰਾਉਣਾ ਉਹ ਕਹਿੰਦੇ ਕਿ ਸਾਡੀ ਬਲੰਤੇ ਦੂਰਦਰਸ਼ਨ ਜਾਂ ਆਲ ਇੰਡੀਆ ਰਿਓਲੀਆ YouTube ਤੇ ਪਹਿਲਾਂ ਵੀ ਚੱਲ ਰਿਹਾ ਜੇ ਹੋਰ ਚੱਲਣਾ ਹੋ ਇਸ ਗੱਲ ਦੇ ਮਾਮਲੇ 'ਚ ਆਪ ਨਾ ਪੈਂਡ ਕਿਉਂਕਿ ਤੇ ਸਿੱਖ ਸੰਸਥਾਨਾਂ ਨੂੰ ਧਰਮ ਦੀ ਜਿਹੜੀ ਖੁਦ ਕੋਈ ਬਾਡੀ ਆ ਉਹਨੂੰ ਚਿੰਤਾ ਹੋਣੀ ਚਾਹੀਦੀ ਆ ਐਵੀ ਗੱਲ ਕਹੀ ਜਾ ਰਹੀ ਆ ਕਿ ਜੇ ਇਹ ਪ੍ਰਸਾਰਣ ਅੱਜ ਦੀ ਤਰੀਕ 'ਚ ਮੰਨ ਲਓ ਪੀਟੀਸੀ ਕੋਲ ਨਾ ਹੁੰਦਾ ਕਿਸੇ ਹੋਰ ਚੈਨਲ ਕੋਲ ਹੁੰਦਾ ਮੰਨ ਲਓ ਨਿਊਜ਼ 18 ਕੋਲ ਹੁੰਦਾ ਤੇ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਇੱਥੇ ਤੱਕ ਗੱਲ ਪਹੁੰਚਦੀ ਚੁੱਪ ਕਰਕੇ ਚੱਲੀ ਜਾਣਾ ਸੀ ਕਿਸੇ ਨੇ ਗੱਲ ਨਹੀਂ ਸੀ ਕਰਨੀ ਤੇ ਰੌਣ ਵਾਲਿਆਂ ਕਰਵਾਈ ਜਾਣਾ ਸੀ ਤੇ ਕਰਨ ਵਾਲਿਆਂ ਕਰੀ ਜਾਣਾ ਸੀ ਇਹ ਕੋਈ ਪਹਿਲੇ ਚੈਨਲ ਤੇ ਤੇ ਨਹੀਂ ਅੱਗੇ ਵੀ ਹੋਰ ਕਈਆਂ ਚੈਨਲਾਂ ਨੇ ਕਈ ਵਾਰ ਇਹ ਕੀਤਾ ਉਹਦੇ ਤਾਂ ਵੀਡੀਓ ਸਾਰੀਆਂ ਪਈਆਂ ਤੁਸੀਂ ਵੀ ਜਾਣਦੇ ਸਾਡੀ ਬੇਨਤੀ ਇਹੀ ਹੈ ਕਿ ਇਹ ਜਿਹੜੀ ਆਪਸ ਵਿੱਚ એનર્ਜੀ ਸਰਕਾਰ ਦੀ ਚੰਗੇ ਕੰਮਾਂ ਤੋਂ ਹਟਾ ਕੇ ਧਰਮ ਵੱਲ ਲਾ ਕੇ ਤੇ ਕੋਈ ਚੰਗੀ ਫਿਰਤ ਨਹੀਂ ਹੈਗੀ ਉਹਨਾਂ ਨੂੰ ਖਤਰਾ ਇਹ ਪੈਦਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਅੱਜ ਜੇ ਮਾੜੀ ਜੀ ਸੀਰ ਫੁੱਟੀ ਐ ਪਤਾ ਨਹਿਰ ਦੇ ਵਿੱਚ ਮਾੜੀ ਜੀ ਸੀਰ ਪੈ ਜਾਂਦੀ ਐ ਤੇੜ ਪੈ ਜਾਂਦੀ ਐ ਫਿਰ ਕਰਦੀ ਕਰਦੀ 5 ਫੁੱਟ 10 ਫੁੱਟ 20 ਫੁੱਟ ਫਿਰ ਹੜ ਆ ਜਾਂਦਾ ਸਾਰਾ ਪਾਣੀ ਨਿਕਲ ਜਾਂਦਾ ਵੀ ਜੇ ਹੁਣੇ ਇਹਨੂੰ ਡੱਕਾ ਨਾ ਲਾਇਆ ਤਾਂ ਗਾਂ ਤੋਂ ਜਿਹੜੀ ਵੀ ਸਰਕਾਰ ਕਿਸੇ ਦੀ ਆ ਜੇ ਕਾਂਗਰਸ ਦੀ ਆ ਜੇ ਕਾਲੀਆਂ ਦੀ ਆ ਜੇ ਉਹ ਪਹਿਲਾਂ ਹੀ ਇੰਜ ਕਹਿੰਦੇ ਆ ਕਿ ਕਾਲੀਆਂ ਦੀ ਜੇਬ ਚ ਆ ਫਲਾਨਾ ਐ ਤੇ ਫਿਰ ਤੇ ਪੱਕਾ ਹੀ ਹੋ ਜੂਗੀ ਕਿਉਂਕਿ ਹਰ ਕੋਈ ਕਹੂਗਾ ਨਾ ਪਰ ਤੇ ਕੋਈ ਵੀ ਆ ਕੇ ਆਪਣਾ ਕੁੰਡਾ ਉੱਤੇ ਹੋਰ ਮਜ਼ਬੂਤ ਕਰਕੇ ਕਿਉਂਕਿ ਉੱਤੇ ਮੜ ਜਾ ਔਰ ਟੰਕਾ ਹੀ ਨਵਾਂ ਲਾਉਣਾ ਕੁੰਡਾ ਤੇ ਪਹਿਲਾਂ ਹੀ ਪਾ ਚੱਲੇ ਆਏ ਇਸ ਲਈ ਇਹ ਕੁੰਡੇ ਨੂੰ ਹੁਣੇ ਹੀ ਦੂਰ ਕਰਤਾ ਜਾਏ ਇਸ ਕਿਸਮ ਦਾ ਰੋਸ ਵਿਚਾਰ ਤੇ ਇੱਕ ਵੱਡੇ ਕਈਆਂ ਦੇ ਤੇ ਬਹੁਤ ਤਲਖ ਮਿਜ਼ਾਜੀ ਚ ਵੀ ਬੋਲੇ ਕਈ بڑے ਜਜਾਰੂ ਲੈਂਗੁਏਜ ਵੀ ਬੋਲੇ ਕਈ ਬੜੀ ਅਕਰੋਸ਼ ਵਾਲੀ ਜੈਂ ਲੈਂਗੁਏਜ ਭਾਸ਼ਾ ਚ ਵੀ ਬੋਲੇ ਅਲੱਗ-ਅਲੱਗ ਸਿੰਘ ਸਹਿਬਾਨਾਂ ਨੇ ਜਿਹੜੇ ਜਿਨ੍ਹਾਂ ਦਾ ਜਿਸ ਤਰ੍ਹਾਂ ਦਾ ਮਤਲਬ ਰਾਜਨੀਤਿਕ ਜਾਂ ਧਾਰਮਿਕ ਵਿਚਾਰ ਸੀ ਉਸ ਤਰੀਕੇ ਨਾਲ ਉਹਨਾਂ ਨੇ ਆਪਣਾ ਉੱਥੇ ਰੋਸ ਗੁੱਸਾ ਪ੍ਰਗਟ ਕੀਤਾ ਪਰ ਇੱਕ ਜਿਹੜੀ ਸਹਿਮਤੀ ਹੈ ਸਾਰਿਆਂ ਦੀ ਉਹ ਇਹੀ ਹੈ ਕਿ ਇਹ ਕਾਨੂੰਨ ਜਿਹੜਾ ਪਾਸ ਕੀਤਾ ਇਹ ਵਾਪਸ ਹੋਣਾ ਚਾਹੀਦਾ ਜੀ ਇੱਕ ਪ੍ਰੋਫੈਸਰ ਇਹਦੇ ਵਿੱਚ ਬੜਾ ਖਾਸ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਮੁਖ ਬੁਲਾ ਰਹੇ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਦੇ ਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਪੰਥ ਦੇ ਦੁਖੀ ਨੇ ਉਹਨਾਂ ਨੂੰ ਮਾਫੀ ਕਿੱਦਾਂ ਦਿੱਤੀ ਗਈ ਇਹ ਮਾਮਲਾ ਸਿੱਧਾ ਸਿੱਧਾ ਡੇਰਾ सिरसा ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਜਾ ਕੇ ਜੁੜਦਾ ਪਤਾ ਸਭ ਨੂੰ ਉਹ ਵੀ ਕਹਿੰਦੇ ਕਿ ਇਸ਼ਤਿਹਾਰ ਦਿੱਤੇ ਗਏ ਲੱਖਾਂ ਦੇ ਇਹ ਵੀ ਪਤਾ ਸਾਰਿਆਂ ਨੂੰ ਕਿ ਇਸ਼ਤਿਹਾਰਾਂ ਨੂੰ ਲੈ ਕੇ ਅਜੀਤ ਦੇ ਨਾਲ ਕਿਸ ਤਰੀਕੇ ਦੀ ਕਸ਼ਮਕਸ਼ ਪਿਛਲੇ ਸਮੇਂ ਦੇ ਵਿੱਚ ਡੋਕਾ ਨੇ ਬੜਾ ਕੁਝ ਇਹਦੇ ਬਾਰੇ ਦੱਸਿਆ ਕਿ ਕਿਵੇਂ ਇਸ਼ਤਿਹਾਰ ਦਿੱਤੇ ਕਿੰਨੇ ਲੱਖ ਲੱਗਿਆ ਕਿਵੇਂ ਲੱਗਿਆ ਕਿਵੇਂ ਰਾਤੋ ਰਾਤ ਇਸ਼ਤਿਹਾਰ ਲੱਗਿਆ ਇਹ ਸਾਰੀ ਗੱਲ ਹੈ ਪਰ ਕੀ ਆਮ ਆਦਮੀ ਪਾਰਟੀ ਦੇ ਵਾਕੇ ਹੀ ਪੰਥਕ ਮਸਲਿਆਂ ਨੂੰ ਲੈ ਕੇ ਗੰਭੀਰ ਆ ਕੀ ਉਹ ਬੇਅਦਬੀ ਵਾਲੇ ਮਸਲਿਆਂ ਚ ਜਾਂ ਇਹਨਾਂ ਸਾਰੇ ਮਾਮਲਿਆਂ ਜਿਵੇਂ ਰਾਮ ਰਹੀਮ ਤੱਕ ਪਿਛਲੀ ਸਰਕਾਰ ਨੇ ਕੁਮਰ ਵਿਜੇ ਪ੍ਰਤਾਪ ਤੁਰਾਂ ਨੇ ਪਹੁੰਚ ਕੀਤੀ ਕੀ ਉਹਨੂੰ ਇੱਥੇ ਪੰਜਾਬ ਚ ਲਿਆ ਕੇ ਪੁੱਛਗਿੱਛ ਕੀਤੀ ਜਾਵੇ ਕੀ ਉਹ ਇਹ ਉਹ ਹੱਯਾ ਕਰਨਗੇ ਕਿ ਅਸੀਂ ਉਹਨੂੰ ਲਿਆ ਕੇ ਤੇ ਪੁੱਛਗਿੱਛ ਕਰੀਏ ਕਿ ਇਹ ਡੇਰਾ ਪ੍ਰੇਮੀਆ ਦੀ ਵੋਟ ਬੈਂਕ ਨੂੰ ਆਉਣ ਵਾਲੇ ਸਮੇਂ ਜਿਵੇਂ ਹਰਿਆਣੇ ਚ ਜਦੋਂ ਚੋਣਾਂ ਹੋਣੀਆਂ ਜਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਉਹਨਾਂ ਦਾ ਵੋਟ ਬੈਂਕ ਹੈ ਕੀ ਉਹਨੂੰ ਆਪਣੇ ਵੱਲ ਕੈਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਕਿ ਇਹ ਉਸ ਤੋਂ ਪਾਸਾ ਵੱਟਣਗੇ ਜਾਂ ਖੁੱਲੇ ਤੌਰ ਦੇ ਉੱਤੇ ਸਾਹਮਣੇ ਆ ਕੇ ਕਹਿਣਗੇ ਕਿ ਸਾਨੂੰ ਡੇਰਾ ਪ੍ਰੇਮੀਆ ਦੀ ਵੋਟ ਨਹੀਂ ਚਾਹੀਦੀ ਜਾਂ ਫਿਰ ਇਹ ਵੀ ਇੱਕ ਸਿਆਸਤ ਦਾ ਹੀ ਹਿੱਸਾ ਆ ਤੁਸੀਂ ਤੁਸੀਂ ਚੰਗੀ ਤਰ੍ਹਾਂ ਸਮਝਦੇ ਆ ਮੇਰੇ ਮੂੰਹੋਂ ਘੁਆਣਾ ਚਾਹੁੰਦੇ ਆ ਸਵਾ ਸਾਲ ਚ ਡੇਢ ਸਾਲ ਚ ਕੀ ਹੋਇਆ ਉਹ ਕੁਝ ਅੱਗੇ ਹੋਣਾ ਕੁਝ ਨਹੀਂ ਹੋਣਾ ਮੈਂ ਲੈ ਤੁਹਾਡੇ ਸਾਫ਼ ਸ਼ਬਦਾਂ ਚ ਕਹਿਣਾ ਬਹੁਤ ਕੋਈ ਆਈ ਐਮ ਨਾਟ ਮੀਨਸਿੰਗ ਮਾਈ ਵਰਡਸ ਮिन्नੂ ਕੋਈ ਇਹਦੇ ਚ ਕੋਈ ਹਿਚਕਿਚਾਟ ਨਹੀਂ ਕਹਿਣ ਦੀ ਵੀ ਇੰਨਾ ਵੀ ਰਾਜਨੀਤੀ ਕਰਨੀ ਤੇ ਰਾਜਨੀਤੀ ਕਰ ਰਹੇ ਆ ਕਿ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਇਹ ਤੇ ਯਾਦ ਹੈ ਵੀ ਅਕਾਲੀ ਦਲ ਨੇ ਕਿਵੇਂ ਕੀਤਾ ਕਿਵੇਂ ਉਹ ਪੋਸਟਰ ਛਪਾਏ ਕਿਵੇਂ ਉਹ ਉਹਨੂੰ ਮਾਫੀ ਦੇਣ ਲੱਗੇ ਕਿਵੇਂ ਉਹਨਾਂ ਨੇ ਵੇਲੇ ਸਿਰ ਉਹ ਸਾਰੀ ਗੱਲ ਦੀ ਤਹਿਕੀਕਾਤ ਕਰਾ ਕੇ ਸਜ਼ਾਵਾ ਨਹੀਂ ਦਿੱਤੀਆਂ ਫਿਰ ਹੁਣ ਤੁਸੀਂ ਉਸੇ ਰਸਤੇ ਚੱਲਣਾ ਤੁਸੀਂ ਉਹਨਾਂ ਤੋਂ ਸਿੱਖੋ ਨਾ ਉਹਨੇ ਰਹਿ ਵੀ ਤੇ ਕਿੰਨੇ ਗਏ ਤਿੰਨ ਤੁਸੀਂ ਹੈਗੇ ਆ 93 ਜਾਨੀ 92 1 ਘੱਟ 93 ਠੀਕ ਹੈ ਤੁਸੀਂ ਨੰਬਰ ਦੇਖੋ ਤੁਹਾਡਾ ਕਿੰਨਾ ਉਹਨਾਂ ਨਾਲੋਂ ਉਹਨਾਂ ਗਲਤੀਆਂ ਦਾ ਹੀ ਖਮਿਆਜਾ ਭੁਗਤ ਰਹੇ ਐ ਤੇ ਤੁਸੀਂ ਉਹਨਾਂ ਗਲਤੀਆਂ ਦਾ ਉਹਨਾਂ ਨੂੰ ਛੱਡ ਦਿਓ ਉਹ ਤੇ ਭੁਗਤ ਰਹੇ ਆ ਤੇ ਭੁਗਤਿਆ ਉਹਨਾਂ ਨੇ ਤੁਸੀਂ ਉਸ ਉਸੇ ਰਸਤੇ ਤੇ ਕਿਉਂ ਚੱਲ ਰਹੇ ਤੁਸੀਂ ਦੇਖੋ ਔਰ ਮੈਂ ਇਹ ਕਾਂਗ ਹੁਣਾ ਨੂੰ ਜਾਂ ਹੋਰਨਾਂ ਨੂੰ ਇਹ ਕੋਈ ਇਹ ਇਹ ਟੀਵੀਾਂ ਤੇ ਬਹਿ ਕੇ ਬਰੌਨੀ ਪੁਆਇੰਟ ਬਣਾਉਣੇ ਕਿ ਦੇਖਿਆ ਮੈਂ ਉਹ ਜਾ ਮਾਰਿਆ ਧੋਬੀ ਪਟਕਾ ਤੇ ਉਹਨਾਂ ਨੂੰ ਪਾਣੀ ਨਹੀਂ ਪੀਣ ਦਿੱਤਾ ਇਹੋ ਜੀਆਂ ਗੱਲਾਂ ਨਹੀਂ ਹੈ ਜਨਤਾ ਜਿਹੜੀ ਉਹ ਇੱਕ ਆਪਣੀ opinion ਬਣਾਉਂਦੀ ਹੁੰਦੀ ਹੈ ਔਰ ਐਸ ਵੇਲੇ ਇਹ ਜਿਹੜਾ ਸੰਵਿਧਾਨ ਇਥੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲਿਆ ਉਹਦੇ ਵਿੱਚ ਜਿਸ ਕਿਸਮ ਦੇ ਫੈਸਲੇ ਖਾਸ ਕਰਕੇ ਜਿਹੜੇ SGPC ਬਾਰੇ ਫੈਸਲੇ ਹੋਏ ਜਾਂ ਕਾਨੂੰਨ ਪਾਸ ਕਰਕੇ ਉਸ ਦੀ ਪਰਸਨਾ ਬਹੁਤ ਦੂਰ ਦੂਰ ਤੱਕ ਹੋ ਰਹੀ ਹੈ ਇਹ ਦਾ ਨੁਕਸਾਨ ਇਹਨਾਂ ਨੂੰ ਆਉਣ ਵਾਲੇ ਸਮੇਂ ਚ ਪਤਾ ਲੱਗ ਜਾਊਗਾ ਇਸ ਲਈ ਵੱਡੀਆਂ-ਵੱਡੀਆਂ ਮਤਲਬ ਹੱਥ ਮਾਰ ਕੇ ਗੱਲਾਂ ਕਰਕੇ ਆਵਾਜ਼ਾਂ ਉੱਚੀਆਂ-ਉੱਚੀਆਂ ਚੱਕ ਕੇ ਕਹਿਣਾ ਕਿ ਆ ਨਹੀਂ ਤੇ ਆ ਨਹੀਂ ਮੈਨੂੰ ਨਹੀਂ ਲੱਗਦਾ ਅਜੇ ਵੀ ਭਗਵੰਤ ਮਾਨ ਹੁਣੀ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝ ਰਹੇ ਆ ਨਹੀਂ ਤੂੰ ਇਹੋ ਜਿਹੇ ਟਵੀਟ ਨਾ ਕਰਨ ਕਦੀ ਕਬੂਤਰ ਅੱਖਾਂ ਬੰਦ ਕਰਦਾ ਕਦੀ ਬਿੱਲੀ ਭੱਜ ਕੇ ਆ ਗਈ ਇਹੋ ਜੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਖੁਦ ਕਾਮੇਡੀਅਨ ਆ ਲੋ ਹੈ ਨਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿ ਉਹਨਾਂ ਨੂੰ ਚਾਹੀਦਾ ਆ ਸੋਚਣਾ ਉਹ ਗੱਲ ਆਪਸ ਵਿੱਚ ਕਰ ਲੈਣ ਕੇਜਰੀਵਾਲ ਨਾਲ ਕਰਨੀ ਕੇਜਰੀਵਾਲ ਨਾਲ ਕਰਨ ਸਸੋਧਿਆ ਤੇ ਅੰਦਰ ਆ ਉਹਨੂੰ ਤੇ ਟਾਈਮ ਸ਼ਾਇਦ ਨਹੀਂ ਹੋਊਗਾ ਮੁਸ਼ਕਲ ਹੋਊਗੀ ਜਿਹੜੇ ਵੀ ਚਾਰ ਬੰਦੇ ਆ ਇਹਨਾਂ ਦੇ ਮੁੱਖ ਲੀਡਰ ਆ ਕਾਗਵ ਚੱਡਾ ਆ ਉਹ ਸੰਦੀਪ ਪਾਟਟਿਆ ਕਰ ਲੈਣ ਬੈਠ ਕੇ ਭਾਈ ਇਹੋ ਜਿਹਾ ਪੰਗਾ ਤੇ ਲੈ ਲਿਆ ਹੁਣ ਇੱਥੋਂ ਨਿਕਲੀਏ ਕਿਵੇਂ ਜੇ ਤੁਹਾਨੂੰ ਆ ਲੱਗਦਾ ਕਿ ਬਿਲਕੁਲ ਠੀਕ ਆ ਕਬੂਤਰ ਨੇ ਅੱਖਾਂ ਮੀਠੀਆਂ ਕਬੂਤਰ ਨੂੰ ਫੜ ਲੈਣਾ ਬਿੱਲਾ ਆ ਗਿਆ ਤਾਂ ਫਿਰ ਤੁਸੀਂ ਬਿੱਲੇ ਦੀ ਇੰਤਜ਼ਾਰ ਕਰੋ ਉਹਨੇ ਪਤਾ ਨਹੀਂ ਕਬੂਤਰ ਉੱਡਦਾ ਆ ਕਿ ਅੱਖਾਂ ਮੀਟੀਆਂ ਆ ਕਿ ਉਹ ਕੀ ਆ ਫਿਰ ਤੇ ਆਉਣ ਵਾਲੇ ਸਮੇਂ 'ਚ ਇਹ ਸਾਰੀ ਗੱਲ ਕਿੱਧਰ ਨੂੰ ਜਾਂਦੀ ਆ ਔਰ ਕਿਨੂੰ ਇਹਦਾ ਰਾਜਨੀਤਿਕ ਲਾਹਾ ਮਿਲਦਾ ਕਿਨੂੰ ਨੁਕਸਾਨ ਆ ਇਹ ਤੇ ਫਿਰ ਜੋ ਅੱਜ ਦੀ ਮੀਟਿੰਗ ਉੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਰਵਾਸੇ ਕਈ ਕਨਸੂਆਂ ਇਸ ਤਰ੍ਹਾਂ ਦੀਆਂ ਵੀ ਚੱਲ ਰਹੀਆਂ ਹੈ ਕਿ ਇਹ ਗੇਂਦ ਕੇਂਦਰ ਦੇ ਪਾਲੇ ਵਿੱਚ ਕਿਉਂ ਸੁੱਟੀ ਜਾ ਰਹੀ ਹੈ ਗਵਰਨਰ ਸਾਹਿਬ ਨੂੰ ਮਿਲਣਾ ਗ੍ਰਹਿ ਮੰਤਰੀ ਤੱਕ ਪਹੁੰਚ ਕਰਨਾ ਰਾਸ਼ਟਰਪਤੀ ਤੱਕ ਦੀ ਗੱਲ ਕਰਨੀ ਕਿ ਅਸੀਂ ਹਰ ਹੀਲਾ ਵਰਤਾਂਗੇ ਕਿ ਇਸ ਨੂੰ ਰੋਕਿਆ ਜਾਵੇ ਪਰ ਜਦੋਂ ਇਹਨੂੰ ਕਿਤੇ ਨਾ ਕਿਤੇ ਜਿਵੇਂ ਰਾਜਨਾਥ ਸਿੰਘ ਪਿਛਲੇ ਦਿਨੀ ਆਏ ਉਹਨਾਂ ਨੇ ਕਿਹਾ ਕਿ ਸਾਡੇ ਦਿਲ ਦੇ ਵਿੱਚ ਅਕਾਲੀ ਦਰਬਾਰ ਨਾਲ ਜਿਹੜਾ ਮੋਹ ਹੈ ਸਾਡਾ ਉਹ ਚਲੋ ਵਕਰੀ ਠੀਕ ਹੈ ਇੱਕ ਸਿਸ਼ਟਾਚਾਰ ਦੇ ਨਾਤੇ ਹੋ ਜਾਂਦਾ ਆ ਪਰ ਲੋਕਾਂ ਦੇ ਵਿੱਚ ਤਾਂ ਚਰਚਾ ਚੱਲਦੀ ਹੈ ਨਾ ਕਿ ਕੁਝ ਨਾ ਕੁਝ ਤਾਂ ਅੰਦਰ ਖਾਤੇ ਚੱਲ ਰਿਆ ਹੋਵੇਗਾ 2024 ਨੂੰ ਲੈ ਕੇ ਕੀ ਪਤਾ ਲੱਗਦਾ ਫਿਰ ਮੋਹ ਜਾ ਕੇ ਹੋਵੇ ਕਿ ਕੇਂਦਰ ਦੇ ਵਿੱਚ ਫਿਰ ਬਜ਼ਾਰਤ ਦੇ ਵਿੱਚ ਸਾਨੂੰ ਕਿਤੇ ਉੱਥੇ ਬੈਠਣ ਦਾ ਮੌਕਾ ਮਿਲ ਜੇ ਕੋਈ ਇਹੋ ਜੀ ਗੱਲ ਤਾਂ ਨਹੀਂ ਇਸ ਨੂੰ ਸਿਆਸੀ ਦੌਰ ਦੇ ਉੱਤੇ ਵੀ ਕਿਉਂਕਿ ਸਮਝਣਾ ਤਾਂ ਪੈਣਾ ਹੀ ਹੈ ਕਿ ਕਿਸ ਢੰਗ ਦੇ ਨਾਲ ਚੱਲ ਰਹੇ ਨੇ ਅਕਾਲੀ ਦਲ ਦੀ ਰਾਜਨੀਤੀ ਬੋਦੀ ਜਿਹੀ ਕਿਉਂ ਲੱਗਦੀ ਆ ਬਾਸੀ ਜਿਹੀ ਕਿਉਂ ਲੱਗਦੀ ਆ ਹੈਨਾ ਇਕੁੰਦਿਆ ਕਾਗਜ਼ ਦੇ ਫੁੱਲ ਇਕੁੰਦਿਆ ਗਲਾਬ ਦੇ ਅਸਲੀ ਫੁੱਲ ਉਹਨਾਂ ਨੂੰ ਤੁਸੀਂ ਘਰ 'ਚ ਰੱਖ ਦਿਓ ਕਿਸੇ ਦੇ ਵੀ ਰੱਖ ਦਿਓ ਮਹਿਕ ਫੈਲਦੀ ਆ ਤੇ ਕਾਗਜ਼ ਦੇ ਫੁੱਲਾਂ ਦੇ ਉੱਤੇ ਕੀ ਆ ਰੰਗ ਵੀ ਉੱਡ ਜਾਣਾ ਤੇ ਘੱਟਾ ਹੀ ਪੈਣਾ ਹੁੰਦੇ ਤੇ ਤੇ ਤਿਤਲੀ ਨੇ ਕੀ ਪੈਣਾ ਮੱਖੀ ਵੀ ਨਹੀਂ ਪੈਂਦੀ ਹੈ ਨਾ ਇਸ ਲਈ ਇਹਨਾਂ ਨੂੰ ਇਹ ਸੋਚਣਾ ਪੈਣਾ ਮੇਰਾ 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 ਕਹਿਣ ਦਾ ਮਤਲਬ ਇਹ ਐ ਸੁਖਵਿੰਦਰ ਕਿਸੇ ਨੂੰ ਕੱਚੇ ਲਾਉਣ ਵਾਲੀ ਗੱਲ ਨਹੀਂ ਮੈਂ ਕਰਦਾ ਜੇ ਇਹ ਜਿਹੜੀਆਂ ਕਦੀ ਉਧਰ ਟਪੂਸਣੀ ਮਾਰਦੇ ਆ ਕਦੀ ਉਧਰ ਟਪੂਸਣੀ ਮਾਰਦੇ ਆ ਸ਼ਾਂਤੀ ਨਹੀਂ ਹੈ ਰਸਤਾ ਸਾਫ਼ ਨਹੀਂ ਹੈ ਧੁੰਦ ਵਿੱਚ ਜਿੱਤਨਾ ਕਾਂ ਫਸਿਆ ਹੁੰਦਾ ਕਦੀ ਉਧਰ ਚਲੇ ਜਾਂਦੇ ਕਦੀ ਉਧਰ ਚਲੇ ਜਾਂਦੇ ਇੰਨਾਂ ਗੱਲਾਂ ਦਾ ਇਹ ਅੰਦਰੂਨੀ ਤੌਰ ਤੇ ਆਤਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਵਿਚਾਰਤਾਰਕ ਤੌਰ ਤੇ ਕਮਜ਼ੋਰ ਪੈ ਰਿਹਾ ਇਸ ਲਈ ਇਸ ਚੋਂ ਇਸ ਦੁਬਿਧਾ ਚੋਂ ਕਿਵੇਂ ਨਿਕਲਣਾ ਕੋਈ ਉਹਦੇ ਤੇ ਮੇਰਾ ਖਿਆਲ ਆ ਅੱਠ-ਦਸ 파ਟ ਸੁਖਣੇ ਚਾਹੀਦੇ ਆ ਤੇ ਉਸ 파ਟ ਦੇ ਵਿੱਚ ਇਹਨਾਂ ਨੂੰ ਖੁਦ ਬੈਠ ਕੇ ਸੁਣਨਾ ਚਾਹੀਦਾ ਤਾਂ ਕਿ ਇੱਕ ਉਹਦੇ ਤੋਂ ਪਤਾ ਲੱਗੇ ਕਿ ਅਸੀਂ ਜਦੋਂ ਦੁੱਬਦਾ ਹੋਵੇ ਤੇ ਆਪਾਂ ਗੁਰਬਾਣੀ ਦੇ ਦੇ ਲੜ ਲੱਗ ਕੇ ਕਿਵੇਂ ਅਸੀਂ ਆਪਣਾ ਰਸਤਾ ਸਾਫ਼ ਦਿਲੀ ਨਾਲ ਇਮਾਨਦਾਰੀ ਦੇ ਨਾਲ ਲੱਭ ਕੇ ਅੱਗੇ ਤੁਰਨਾ ਜਿਹੜੀ ਤੁਸੀਂ ਗੱਲਾਂ ਕਰਦੇ ਆ ਇਹ ਸ਼ੱਕ ਤੇ ਬਣੇ ਹੋਏ ਆ ਸਾਨੂੰ ਵੀ ਬਣਦੇ ਆ ਇਹਦੇ 'ਚ ਸਾਡਾ ਕੋਈ ਇਲਾਜ ਨਹੀਂ ਉਹਨਾਂ ਦੀ ਰਾਜਨੀਤੀ ਆ ਉਹ ਕਾਲੇ ਚੋਰ ਕੋਲ ਚਲੇ ਜਾਣ ਉਹ ਰਾਜਨਾਥ ਕੋ ਜਾਂਦੇ ਆ ਜਾਂ ਅਮਿਤ ਸ਼ਾਹ ਕੋ ਜਾਂਦੇ ਆ ਜਾਂ ਮੋਦੀ ਜੀ ਕੋਲ ਸਿੱਧਾ ਹੀ ਪਹੁੰਚ ਜਾਂਦੇ ਤੇ ਉਹਨਾਂ ਦੀ ਮਰਜ਼ੀ ਹੈ ਨਾ ਪਰ ਇੱਕ ਗੱਲ ਜ਼ਰੂਰ ਹੈ ਸੱਤਾ ਚਾਹਣ ਨੂੰ ਆ ਸਕਦੇ ਆ ਫਿਰ ਉਹ ਰਾਜਨੀਤੀ ਖਤਮ ਹੋ ਜੂਗੀ ਜਿਹੜੀ ਰਾਜਨੀਤੀ ਲਈ ਤੁਸੀਂ ਖੜੇ ਆ ਇਹ ਹੀ ਗੱਲਾਂ ਦਾ ਪਰਛਾਈ ਜਿਹੜੀ ਬਾਰ-ਬਾਰ ਜਦੋਂ ਐਸਜੀਪੀਸੀ ਤੇ ਪੈਂਦੀ ਹੈ ਉਹਨਾਂ ਦੀ ਜਿਹੜੀ ਲੜਾਕੂ ਸ਼ਮਤਾ ਆ ਉਹ ਕਮਜ਼ੋਰ ਪੈਂਦੀ ਹੈ ਫਿਰ ਉਹ ਇੱਕ ਉਸੇ ਕਿਸਮ ਦੀ ਧਾਰਮਿਕ ਵਿਵਸਥਾ ਜਿਸ ਤਰ੍ਹਾਂ ਬਾਕੀ ਦੇ ਧਰਮ ਹੈਗੇ ਆ ਬਣ ਕੇ ਰਹਿ ਜਾਂਦੀ ਐ ਇਥੇ ਉਹ ਧਰਮ ਦਾ ਕਿੰਨਾ ਕੁ ਬਚਿਆ ਸਾਡਾ ਵੀ ਨਹੀਂ ਬਚੂਗਾ ਇਹ ਗੱਲ ਸਮਝ ਲਓ ਪੱਕੀ ਸਮਝ ਲਓ ਕਿ ਜੇ ਤੁਸੀਂ ਆਪਣਾ ਵਿਰਸਾ ਉਸ ਦੀ ਇੱਕ ਵਿਲੱਖਣਤਾ ਔਰ ਉਸ ਦੀ ਇੱਕ ਖਾਸ ਕਿਸਮ ਦੀ ਰਾਜਨੀਤੀ ਜਿਹਦੇ ਚ ਸੱਤਾ ਨੂੰ ਪਾ ਕੇ ਆਨੰਦ ਘਟ ਤੇ ਆਪਣੇ ਦਸ਼ਮ ਪਾਸਾ ਤੋਂ ਸਮਝ ਲਓ ਕਿ ਕਿਵੇਂ ਉਹਨਾਂ ਨੇ 마시ਵਾੜੇ ਦੇ ਜੰਗਲਾਂ ਚ ਕਿਵੇਂ ਸਾਰਾ ਕੁਝ ਕੋਹ ਕੁਰਬਾਨੀਆਂ ਕੀਤੀ ਇਹ ਤੇ ਓਹ ਰਸਤਾ ਆ ਤੁਹਾਨੂੰ ਤੇ ਓਹ ਰਸਤਾ ਦੱਸ ਕੇ ਗਏ ਸੀ ਇੱਕ ਮੋਰਲ ਪੋਲਿਟਿਕਸ ਕਹਿੰਦੇ ਆ اخਲਾਕੀ ਰਾਜਨੀਤੀ ਜਾਂ ਤੁਸੀਂ ਉਸ ਕਿਸਮ ਦੀ ਜਿਹੜੀ ਰਾਜਨੀਤੀ ਆ ਤੁਸੀਂ ਜਿੱਥੇ ਸੱਚ ਦੇ ਰਸਤੇ ਤੇ ਤੇ ਸੱਚ ਦਾ ਰਸਤਾ ਤੇ ਹਮੇਸ਼ਾ ਤੁਹਾਨੂੰ ਸੱਤਾ ਚ ਨਹੀਂ ਲੈ ਆਉਂਦਾ ਹੈਗਾ ਉਹ ਸੱਤਾ ਤੋਂ ਬਾਹਰ ਰੱਖਦਾ ਪਰ ਪਰ ਇਤਿਹਾਸ ਤੁਹਾਡੇ ਨਾਂ ਤੇ ਲਿਖਿਆ ਜਾਂਦਾ ਉਹਨਾਂ ਕ੍ਰਾਈਸਟ ਸਾਬ ਨੂੰ ਜਦੋਂ ਆਪਾਂ ਕ੍ਰਾਈਸਟ ਨੂੰ ਯਿਸੂ ਯਿਸੂ ਨੂੰ ਕ੍ਰੂਸੀਫਾਈ ਕੀਤਾ ਤੇ ਉਹਦੇ ਨਾਲ ਕਿੰਨੇ ਕ ਬੰਦੇ ਸੀ ਬਾਅਦ ਵਿੱਚ ਯਾਦ ਤੇ ਉਹ ਨਹੀਂ ਕਰਦੇ ਆ ਇਸੇ ਤਰ੍ਹਾਂ ਹੀ ਹੁੰਦਾ ਆ ਕਿ ਬੰਦੇ ਜਿਹੜੇ ਬਹੁਤ ਥੋੜੇ ਹੁੰਦੇ ਆ ਉਹ ਸੱਚੇ-ਸੱਚੇ ਹੁੰਦੇ ਉਹਨਾਂ ਕੋ ਵੋਟਾਂ ਨਹੀਂ ਹੁੰਦੀਆਂ ਉਹਨਾਂ ਕੋ ਜਿਹੜੇ ਸੱਤਾ ਦੇ ਜਿਹੜੇ ਸਰਕਾਰੀ ਸੱਤਾ ਦੇ ਇੰਸਟੀਚਿਊਸ਼ਨ ਦੇ ਆਨੰਦ ਵੀ ਨਹੀਂ ਹੁੰਦੇ ਪਰ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਹੀਰੋ ਮੰਨਦੇ ਆ ਉਹਨਾਂ ਨੂੰ ਆਪਣੇ ਦਿਲਾਂ ਚ ਪੀੜੀਦਰ ਪੀੜੀ ਉਹਨਾਂ ਦੇ ਕਿੱਸੇ ਕਹਾਣੀਆਂ ਬਣਾ ਕੇ ਮਾਵਾ ਪੁੱਤਾਂ ਧੀਆ ਤੱਕ ਪਚਾਉਂਦੀਆਂ ਰਹਿੰਦੀਆਂ ਉਹ ਇੰਜ ਹੀ ਹੈ ਇਸ ਲਈ ਕਾਲੀਦਲ ਫੈਸਲਾ ਕਰੇ ਤੇ ਐਸਜੀਪੀਸੀ ਜਿਹੜੀ ਉਹਨਾਂ ਦੇ ਨਾਲ ਇੰਟੀਮੀਟਲੀ ਸਬੰਧਤ ਹੈਗੀ ਹੈ ਉਹ ਫੈਸਲਾ ਕਰਨ ਕਿ ਜੋ ਸਾਨੂੰ ਵਿਰਸਾ ਮਿਲਿਆ ਜਝਾਰੂ ਵਿਰਸਾ ਇਮਾਨਦਾਰੀ ਦਾ ਰਸਤਾ ਕੁਰਬਾਨੀਆਂ ਵਾਲਾ ਰਸਤਾ ਗੱਲਾਂ ਤੇ ਆਪਾਂ ਬਹੁਤ ਕਰਦੇ ਆਂ ਫੈਸਲਾ ਲੈਣ ਵੇਲੇ ਸਾਡੇ ਹੱਥ ਵੀ ਕੰਬਦੇ ਆ ਤੇ ਲੱਤਾਂ ਵੀ ਕੰਬਦੀਆਂ ਜੇ ਇਹ ਕੰਬਦੀਆਂ ਤੇ ਦਿਲ ਵੀ ਕੰਬਦਾ ਹੋਊਗਾ ਇਸ ਲਈ ਆਪਾਂ ਉਸ ਰਸਤੇ ਤੇ ਸੱਤਾ ਆਏ ਜਾਣਾ ਆ ਕਿਵੇਂ ਅੱਗੇ ਵਧਣਾ ਕਿਵੇਂ ਇਸ ਜਿਹੜੀ ਲਗਾਤਾਰ ਸੁੱਕੜ ਰਹੀ ਸਾਡੀ ਛਵੀ ਹੈ ਉਸ ਨੂੰ ਵਿਸ਼ਾਲ ਕਰਨਾ ਵੱਡੇ ਦੂਰ ਤੱਕ ਪਹੁੰਚਾਉਣਾ ਉਹ ਜਿਹੜੇ ਮਨਸਿਆਂ ਦੇ ਨਾਲ ਨਹੀਂ ਅਸੀਂ ਅੱਗੇ ਵਧਾਂਗੇ ਤਾਂ ਫਿਰ ਪਾਈ ਬਾਰ-ਬਾਰ ਡਿੱਕੋ ਡੋਲੇ ਜਿਸ ਤਰ੍ਹਾਂ ਦੇ ਡਿੱਕੇ ਡੋਲੇ ਅਸੀਂ ਖਾਂਦੇ ਫਿਰਦੇ ਆ ਇਸ ਤਰ੍ਹਾਂ ਰਹਾਂਗੇ ਉਹਦੇ ਚੋਂ ਨਿਕਲਣਾ ਉਸਕੋ ਮੰਨ ਕੇ ਚੋਂ ਨਿਕਲਣਾ ਕਾਫੀ ਹੋਰ ਜਟਿਲ ਤੇ ਔਖਾ ਹੁੰਦਾ ਜਾਊਗਾ ਜੇ ਆਪਾਂ ਵੇਲੇ ਸਿਰ ਫੈਸਲੇ ਨਹੀਂ ਲੈਂਦੇ ਬਿਲਕੁਲ ਗੱਲ ਤਾਂ ਮੁੱਦਿਆਂ ਤੇ ਹੋਣੀ ਚਾਹੀਦੀ ਸੀ ਨਾ ਕਿ ਆਖਿਰਕਾਰ ਚਲੋ ਠੀਕ ਹੈ ਪੰਥਕ ਮਸਲੇ ਵੀ ਹੈਗੇ ਨੇ ਪਰ ਪੰਜਾਬ ਤੇ ਜਿਹੜੇ ਮੁੱਦੇ ਨੇ ਜਿਵੇਂ ਨਸ਼ਾ ਕੋਰੀ ਨੂੰ ਲੈ ਕੇ ਰਿਪੋਰਟਾਂ ਹੁਣ ਵੀ ਸਾਹਮਣੇ ਤਸਵੀਰਾਂ ਵੀਡੀਓ ਸਾਰਾ ਕੁਝ ਸਾਹਮਣੇ ਆ ਰਿਹਾ ਇੱਕ 16-17 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸੋ ਕੀ ਹੈ ਨਵਾਲਗ ਬੱਚਾ ਆ ਉਹ ਕਦੋਂ ਤੋਂ ਨਸ਼ਾ ਕਰਨ ਲੱਗਿਆ ਹੋਣਾ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਹੁਣ ਕੀ ਬਣ ਰਿਹਾ ਹੈ ਇਨਾ ਮਸਲਿਆਂ ਦੇ ਉੱਤੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਇਹਦੇ ਤੇ ਕਿਉਂ ਨਹੀਂ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸੱਦਿਆ ਜਾਂਦਾ ਕਿਉਂ ਨਹੀਂ ਇਹਦੇ ਬਾਰੇ ਜਾ ਜਾ ਕੇ ਜਿਵੇਂ ਕਹਿੰਦੇ ਕਿ ਕੈਬਨਿਟ ਦੀ ਮੀਟਿੰਗ ਕਰ ਲਈ ਫਲਾਣੇ ਤਾਂ ਤਾਂ ਕਿਉਂ ਨਹੀਂ ਇਸ ਤਰੀਕੇ ਦੇ ਨਾਲ ਪਿੰਡ ਪੱਧਰ ਦੇ ਉੱਤੇ ਪਿੰਡ ਪਿੰਡ ਦੇ ਸਰਪੰਚ ਪੰਚ ਉਹਨਾਂ ਨੂੰ ਨਾਲ ਲੈ ਕੇ ਇੱਕ ਮੁਹਿੰਮ ਚੜੀ ਜਾਂਦੀ ਬਹੁਤ ਵੱਡੇ ਸਵਾਲ ਨੇ ਮੈਂ ਸਵਾਲ ਜਿਹੜਾ ਜਿੱਤੇ ਆ ਕੇ ਮ ਗੌਣ ਲੱਗਿਆ ਕਿ ਕਿਸਾਨਾਂ ਨੇ 27 ਤਰੀਕ ਦਾ ਘੱਟ ਸਦਿਆ ਆ 27 ਜੂਨ ਅੱਜ ਦਾ ਗੁਰਦੁਆਰਾ ਸਬ ਮੁਹਾਲੀ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਬੱਤੀ ਜਥੇ ਬੰਦੀਆਂ ਫੇਰ ਤੋਂ ਉਹੀ ਘੇਰਾ ਬੰਦੀ ਸ਼ੁਰੂ ਹੋ ਰਹੀ ਹੈ ਕਿ ਸਰਕਾਰ ਸਾਡੀ ਗੱਲ ਨਹੀਂ ਬਣਦੀ ਅੱਗੇ ਤੇ ਪਟਿਆਲੇ ਦੇ ਵਿੱਚ ਲਾਇਆ ਸੀਗਾ ਬਿਜਲੀ ਜਿਹੜਾ ਪਾਵਰ ਕਾਰਪੋਰੇਸ਼ਨ ਦੇ ਬਾਹਰ ਉਹ ਤਾਂ ਕੁਝ ਹੱਦ ਤੱਕ ਇਹਨੇ ਮੰਗਾ ਮੰਨ ਲਿਆ ਡੱਲੇਵਾਲ ਸਾਹਿਬ ਨੇ ਪਰ ਇੱਕ ਵੱਖਰਾ ਮੋਰਚਾ ਹੈ ਜੀ ਚ ਮੂੰਗੀ ਦੀ ਸਰੋਂ ਦੀ ਜਾਂ ਫਸਲਾਂ ਤੇ ਐਮਐਸਪੀ ਦੀ ਗੱਲ ਇਹ ਸਾਰੇ ਮੁੱਦੇ ਨੇ ਪਰ ਰਿਪੋਰਟਾਂ ਕੁਝ ਹੋਰ ਕਹਿੰਦੀ ਐ ਸਰਕਾਰ ਕੁਝ ਹੋਰ ਕਹਿੰਦੀ ਐ ਸਿਧੰਦਰ ਜਿਹੜੀ ਤੁਸੀਂ ਪਹਿਲੀ ਗੱਲ ਕਹਿਤੀ ਐ ਨਾ ਕਿ ਨਸ਼ਿਆਂ ਦੀ ਗੱਲ ਨਹੀਂ ਹੁੰਦੀ ਉਹ ਇੰਨੀ ਸੌਖੀ ਨਹੀਂ ਤੁਸੀਂ ਸਿੱਧੂ ਮੂਸੇਵਾਲੇ ਮੂਸੇਵਾਲ ਨੂੰ ਜਦੋਂ ਉਹਨੂੰ ਲੈ ਕੇ ਗਏ ਉਹਦੀ ਬਾਡੀ ਨੂੰ ਤੇ ਤੁਸੀਂ ਦੇਖਿਆ ਸੀ ਕਿਵੇਂ ਸੇਰੇ ਲਾ ਕੇ ਲੈ ਕੇ ਗਏ ਸੀ ਉਹ ਇੱਕ ਬਹੁਤ ਮੂ ਮੂਵੇਲ ਔਰ ਦਿਲ ਨੂੰ ਜਿੱਥੇ ਦਹਿਲਾਉਂਦੀ ਐ ਉਥੇ ਦਿਲ ਨੂੰ ਚੀਜ਼ ਦੇ ਨਾਲ ਪਾੜ ਕੇ ਸੁੱਟ ਦਿੰਦੀ ਫੋਟੋ ਸੀ ਇਹ ਬੱਚੇ ਦਾ ਵੀ ਇੰਜ ਹੀ ਐ ਜਿਹੜਾ 16 ਸਾਲ ਦਾ ਬੱਚਾ ਐਉਂ ਲੱਗਦਾ ਕਿ ਅਸੀਂ ਬੱਚਿਆਂ ਨੂੰ ਕੋਈ ਵੀ ਰਿਸ਼ਤਾ ਦਿਖਾਣ ਦੇ ਖੁਦ ਹੀ ਕਾਬਿਲ ਨਹੀਂ ਰਹੇ ਅਸੀਂ ਆਪ ਹੀ ਯਾਨੀ ਇੰਨੇ ਡਿੱਗ ਚੁੱਕੇ ਆ ਜਾਂ ਇੰਨੇ ਨਿਰਬਲ ਹੋ ਚੁੱਕੇ ਆ ਕਿ ਸਾਡੇ ਕੋਲ ਆਪਣਾ ਆਪ ਹੀ ਨਹੀਂ ਸੰਭਿਆ ਜਾ ਰਿਹਾ ਅਸੀਂ ਬੱਚਿਆਂ ਨੂੰ ਦਿਸ਼ਾ ਦੇਣੀ ਉਹਨਾਂ ਨੂੰ ਰਸਤਾ ਦਿਖਾਣਾ ਉਹਨਾਂ ਨੂੰ ਉਂਗਲ ਫੜ ਕੇ ਕਿਤੇ ਅੱਗੇ ਤੋਰਨਾ ਉਹ ਸਾਡੇ ਲਈ ਔਖਾ ਹੋਇਆ ਇਹ ਮੇਰੇ ਲਈ ਗੱਲ ਕਰਨੀ ਸੌਖੀ ਹੈ ਪਰ ਜਿਹੜੇ ਮਾਂ-ਬਾਪ ਉਹਨਾਂ ਦਾ ਬੱਚਾ ਜਾਂਦਾ ਆ ਇੱਕੋ ਇੱਕ ਬੱਚਾ 16 ਸਾਲ ਦਾ ਮੁੰਡਾ ਮੁੰਡਾ ਹੋਵੇ ਜਾਂ ਕੁੜੀ ਹੋਵੇ ਬੱਚਾ ਉਹ ਜੇ ਤੋ ਚਲੇ ਜਾਂਦਾ ਉਹਨਾਂ ਲਈ ਪਿੱਛੇ ਕੀ ਬਚਦਾ ਤੁਸੀਂ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਮੈਂ ਮਾਂ-ਬਾਪ ਦਾ ਕਸੂਰ ਨਹੀਂ ਕਹਿ ਰਿਹਾ ਜਦੋਂ ਬੱਚਿਆਂ ਨੂੰ ਤੁਸੀਂ ਗੋਦੀ 'ਚ ਥੋੜੀ ਬਿਠਾ ਕੇ ਰੱਖੋਗੇ ਬੱਚੇ ਬਾਹਰ ਜਾਂਦੇ ਆ ਸਮਾਜ ਦੇ ਵਿੱਚ ਉਹਨਾਂ ਨੂੰ ਚੰਗੀ ਸਿੱਖਿਆ ਨਹੀਂ ਮਿਲਦੀ ਜੇ ਕੋਈ ਡਿਗਰੀ ਲੈ ਵੀ ਲੈਂਦੇ ਆ ਜੌਬ ਨਹੀਂ ਮਿਲਦੀ ਉਹ ਕਿੱਥੇ ਜਾਣ ਜ਼ਮੀਨ ਜੇ ਜਿਹਦੀ ਨਹੀਂ ਹੈ ਉਹ ਕੀ ਕਰੂਗਾ ਪੜ੍ਹ ਲੈ ਕੇ ਬੰਦਾ ਖੇਤੀ 'ਚ ਕਹਿੰਦਾ ਯਾਰ ਹੁਣ ਕੀ ਕਰੀਏ ਜਾਂ ਕਿ ਮੈਂ ਵੱਡਾ ਕੋਈ ਕਮਰਸ਼ੀਅਲ ਕਰਾਂ ਇਸ ਲਈ ਇਹ ਜਿਸ ਗੱਲ ਨੂੰ ਆਪਾਂ ਐਵੇਂ ਇੱਕ ਮੌਤ ਦੇ ਤੌਰ ਤੇ ਨਾ ਲਾਓ ਇਹ ਸਮਾਜਿਕ ਵਰਤਾਰਾ ਐਡਾ ਭਿਆਨਕ ਐਡਾ ਦੁਖਦਾਈ ਹੈ ਇਹ ਤੇ ਜਿਸ ਤਨ ਲੱਗੇ ਸੋ ਤਨ ਜਾਣੇ ਜਾਂ ਜਿਸ ਮਨ ਲੱਗੇ ਜਿਸ ਦਿਲ ਲੱਗੇ ਉਹੀ ਜਾਣੇ ਉਸ ਬੱਚੇ ਨੂੰ ਜਿਵੇਂ ਸਿਨਾਈ ਆਪਣਾ ਸੇਰਾ ਲਾਇਆ ਗਿਆ ਮੰਤ ਮਾਂ ਦੇ ਕਿੰਨਾ ਚਾਹ ਹੋਊਗਾ ਕਿ ਕਿਸੇ ਦਿਨ ਮੈਂ ਉਹਨੂੰ ਇੱਕ ਸ਼ਾਦੀ ਸੁਦਾ ਨੌਜਵਾਨ ਦੇਖੂਗਾ ਮੇਰੀ ਬਹੂ ਆਊਗੀ ਮੇਰੀ ਨੂੰਹ ਆਊਗੀ ਬੱਚੇ ਹੋਣਗੇ ਇਸ ਕਿਸਮ ਦਾ ਇੱਕ ਸੁਪਨਾ ਹੁੰਦਾ ਔਰ ਜਦੋਂ ਉਹ ਬੱਚਾ ਇੱਕ ਇੱਕ ਜਿੰਦਾ ਜਾਗਦਾ ਜਾਗਦੀ ਬਹੂ ਲਿਆਉਣ ਦੀ ਜਗਾ ਮੌਤ ਨਾਲ ਸ਼ਾਦੀ ਕਰਦਾ ਤੇ ਉਹ ਉੱਥੇ ਪਰਮਿਸ਼ਨ ਗਰਾਊਂਡ ਚ ਮੌਤ ਨੂੰ ਨਾਲ ਲੈ ਕੇ ਜਾਂਦਾ ਦੂਲਨ ਬਣਾ ਕੇ ਤੇ ਤੁਸੀਂ ਉਸ ਮਾਹੌਲ ਦਾ ਅੰਦਾਜ਼ਾ ਲਗਾ ਕੇ ਦੇਖੋ ਕਿੰਨਾ ਭਿਆਨਕ ਕਿੰਨਾ ਸੋਗਮਈ ਕਿੰਨਾ ਤੁਹਾਡੇ ਦਿਲ ਨੂੰ ਦਹਿਲਾ ਦੇਣ ਵਾਲਾ ਹੈਗਾ ਇਹ ਕੀ ਸਰਕਾਰਾਂ ਸੋਚ ਰਹੀਆਂ ਮੈਨੂੰ ਨਹੀਂ ਲੱਗਦਾ ਸਰਕਾਰਾਂ ਸੋਚ ਰਹੀਆਂ ਜੇ ਸੋਚ ਰਹੀਆਂ ਹੁੰਦੀਆਂ ਤੇ ਆ ਟਿੱਚੂ ਗੱਲਾਂ ਦੇ ਉੱਤੇ ਇੰਨਾ ਟਾਈਮ ਬਰਬਾਦ ਨਾ ਕੀਤਾ ਜਾਂਦਾ ਕਿ ਅਸੀਂ ਕਾਨੂੰਨ ਐਸਜੀਪੀਜ਼ ਦਾ ਕਾਨੂੰਨ ਲਿਆਉਣੇ ਤੇ ਇਹਨਾਂ ਤੇ ਲਿਆਓ ਇਹਦੇ ਤੇ ਕਾਨੂੰਨ ਖੁੱਲਾ ਕਰ ਦੇਣਗੇ ਐਨਡੀਪੀਐਸ ਐਕਟ ਦੇ ਉੱਤੇ ਉਹਦੇ ਆਪਣੇ ਪੋਜ਼ਿਟਿਵ ਰਿਪਰਕਸ਼ਨ ਵੀ ਹੋ ਸਕਦੇ ਪਰ ਤੁਹਾਡੇ ਕੋਲ ਕੋਈ ਬਿਲੂ ਬਲੂਪ੍ਰਿੰਟ ਹੈਗਾ ਕਿ ਤੁਸੀਂ ਕਿਵੇਂ ਨਸ਼ੇ ਨੂੰ ਰੋਕਣਾ ਇਹ ਸਿੰਪਲੀ ਕਹਿ ਦੇਣਾ ਕਿ ਪਾਕਿਸਤਾਨ ਵੱਲੋਂ ਆ ਰਿਹਾ ਗੁਜਰਾਤ ਵੱਲੋਂ ਆ ਰਿਹਾ ਦਿੱਲੀ ਵੱਲੋਂ ਆ ਗਿਆ ਵੀ ਤੁਸੀਂ ਇੱਥੇ ਕੀ ਕਰਦੇ ਆ ਜਦ ਤੱਕ ਡਿਮਾਂਡ ਨਹੀਂ ਖਤਮ ਹੋਊਗੀ ਉਦੋਂ ਤੱਕ ਨਸ਼ਾ ਆਈ ਜਾਊਗਾ ਉਹ ਤੇ ਚੰਦ ਤੋਂ ਵੀ ਆ ਜਾਊਗਾ ਮੈਂ ਤੁਹਾਨੂੰ ਅੱਜ ਕਹੀ ਜੇ ਤੁਸੀਂ ਲੋਡ ਮਹਿਸੂਸ ਕਰੋਗੇ ਗੁਜਰਾਤ ਡਰਾਈ ਸਟੇਟ ਆ ਬਿਹਾਰ ਡਰਾਈ ਸਟੇਟ ਆ ਡਰਾਈ ਸਟੇਟ ਦਾ ਮਤਲਬ ਉੱਥੇ दारू ਬੈਨ ਆ ਜਿੰਨਾ ਮਰਜ਼ੀ दारू ਲੈ ਤੁਗਨੇ ਰੇਟ ਤੇ ਮਿਲੂਗਾ ਮਾੜਾ ਵੀ ਮਿਲੂਗਾ ਦੋ ਨੰਬਰੀ ਵੀ ਮਿਲੂਗਾ ਜ਼ਹਿਰ ਵੀ ਮਿਲੂਗੀ ਪੀਣ ਵਾਲੇ ਨੇ ਪੀਣੀ ਇਹ ਹਾਲਤ ਹੈ ਨਸ਼ਿਆਂ ਪ੍ਰਤੀ ਇਸ ਲਈ ਸਰਕਾਰ ਨੂੰ ਜੇ ਪੰਜਾਬ ਨੂੰ ਬਚਾਉਣਾ ਇੱਕ ਇੱਕ ਬੱਚਾ ਜਿਹੜਾ ਨਸ਼ਾ ਕਰਕੇ ਮਰਦਾ ਉਹ ਇੰਜ ਸਮਝਣ ਕਿ ਉਹਨਾਂ ਦਾ ਆਪਣਾ ਬੱਚਾ ਤੁਰ ਗਿਆ। ਖੇਤ ਜਾਂ ਤੇ ਇਹਦਾ ਹੱਲ ਹੋਣਾ ਮੈਨੂੰ ਨਹੀਂ ਲੱਗਦਾ ਲੋਕਾਂ 'ਚ ਇਸ ਕਿਸਮ ਦੀ ਸੈਂਸਿਬਿਲਿਟੀਆਂ ਜਾਂ ਕਿਸੇ ਮਾਂ-ਬਾਪ ਦੇ ਨਾਲ ਦਿਲੋਂ ਉਹਨਾਂ ਨੂੰ ਇੰਨਾ ਦੁੱਖ ਹੁੰਦਾ। ਫੋਟੋਲ ਮੌਂ ਲਈ ਜ਼ਰੂਰ ਚਲੇ ਜਾਣਗੇ ਹਸਪਤਾਲ ਵੀ ਚਲੇ ਜਾਣਗੇ ਜਿੱਥੇ ਐਕਸੀਡੈਂਟ ਹੋ ਜੂ ਜਾਂ ਹੋਰ ਹੋ ਜੂ ਕੋਈ ਟਰੈਜੇਡੀ ਹੋ ਜੇ ਫੋਟੋ 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 ਮਤਲਬ ਹਲਕਾਏ ਹੋਏ ਆ ਆਪਣੀ ਮਸ਼ਾਹੂਰੀ ਲਈ ਕਿਸੇ ਦੇ ਦਰਦ ਦਾ ਨਿਵਾਰਨ ਕਿਵੇਂ ਕਰਨਾ ਗਾਂ ਕੋਈ ਹੋਰ ਇਹੋ ਜਿਹਾ ਮਾਂ ਬਾਪ ਨਾ ਉਸ ਪ੍ਰਸਥਿਤੀ ਚ ਹੋਵੇ ਉਹਦਾ ਕੋਈ ਨਾ ਕੋ ਹੱਲ ਨਹੀਂ ਕੋਈ ਜਵਾਬ ਨਹੀਂ ਇਹ ਇਸੇ ਤਰੀਕੇ ਨਾਲ ਅਸੀਂ ਚੱਕਰਾਂ ਚ ਫਸੇ ਹੋਇਆ ਐ ਇੰਨੇ ਬੇਕਦਰੇ ਲੋਕਾਂ ਦੇ ਹੱਥ ਸੱਤਾ ਦੇ ਦਿੱਤੀ ਐ ਜਿਨ੍ਹਾਂ ਦਾ ਕੋਈ ਵੀ ਅਸਲ ਥੱਲੇ ਵਾਲੇ ਲੋਕਾਂ ਨਾਲ ਸਾਰੋਕਾਰ ਨਹੀਂ ਸવાય ਉਹਨਾਂ ਦੇ ਆਪਣੇ ਸਵਾਰਥ ਸੱਤਾ ਦੇ ਸਵਾਰ ਤੋਂ ਇਲਾਵਾ ਰਹੀ ਗੱਲ ਕਿਸਾਨਾਂ ਦੀ ਸਰ ਮੈਂ ਇੱਥੇ ਇੱਥੇ ਥੋੜਾ ਤੁਹਾਨੂੰ ਰੋਕਦਾ ਆਪਾਂ ਕਿਸਾਨਾਂ ਦਾ ਜਿਹੜਾ ਸਵਾਲ ਹੈ ਉਹਨੂੰ ਅਖੀਰ ਦੇ ਵਿੱਚ ਰੱਖਿਓ ਤੁਸੀਂ ਨਾਲ ਹੀ ਜੋੜ ਲਓ ਮੈਂ ਕਿਉਂ ਉਹ ਜੇਲ੍ਹ ਵਾਲੀ ਵੀਡੀਓ ਦੀ ਗੱਲ ਜ਼ਰੂਰ ਕਰਨੀ ਚਾਹਾਂ ਕਿਉਂਕਿ ਲੈਂਡ ਆਰਡਰ ਨਾਲ ਜੁੜਿਆ ਮਸਲਾ ਦੇਦੋ ਜਵਾਨੀ ਦੀ ਗੱਲ ਕਰਦੇ ਆ ਕਿ ਉਹ ਅੰਦਰ ਤੇ ਬਾਹਰ ਕੀ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਸੁਧਾਰ ਕਰਨ ਸੁਧਾਰਨ ਲਈ ਲੈ ਕੇ ਜਾਂਦੇ ਆ ਪਰੋਜ਼ਪੁਰ ਜੇਲ੍ਹ ਦੀ ਵੀਡੀਓ ਦੇਖੀ ਹੋਣੀ ਤੁਸੀਂ ਵੀ ਲੋਕਾਂ ਨੇ ਵੀ ਦੇਖੀ ਹੋਣੀ ਬਠਿੰਡਾ ਜੇਲ੍ਹ ਦੇ ਵਿੱਚ ਲੋਰੈਂਸ ਮਿਸ਼ਨ ਹੋਈ ਗੈਂਗਸਟਰ ਆ ਤੇ ਜੇ ਛੋਟੇ ਛੋਟੇ ਕ੍ਰਾਈਮ ਕਰਨ ਵਾਲੇ ਜਾਂ ਕ੍ਰਾਈਮ ਵੱਡਾ ਵੀ ਹੁੰਦਾ ਆ ਇਹ ਜਦੋਂ ਕ੍ਰਿਮੀਨਲ ਅੰਦਰ ਜਾਂਦੇ ਨੇ ਜੇ ਇਹਨਾਂ ਕੋਲੇ ਇੰਨੀਆਂ ਸਹੂਲਤਾਂ ਨੇ ਕਿ ਉਹ ਵੀਡੀਓ ਕਾਲ ਦੇ ਜ਼ਰੀਏ ਜਨਮ ਦਿਨ ਮਨਾ ਰਹੇ ਨੇ ਭੰਗੜੇ ਪਾ ਰਹੇ ਨੇ ਪਹਿਲਾਂ ਵੀ ਹੁੰਦਾ ਆਇਆ ਪਰ ਇਸ ਸਰਕਾਰ ਦੇ ਵਿੱਚ ਵੀ ਜੇ ਹੋ ਰਿਹਾ ਤਾਂ ਬਹੁਤ ਸਾਰੇ ਸਵਾਲ ਖੜੇ ਕਰਦਾ ਕਿ ਤੁਹਾਡੇ ਤੋਂ ਲਾ ਐਂਡ ਆਰਡਰ ਜਿਹੜਾ ਆ ਉਹ ਕਾਬੂ ਹੇਠ ਨਹੀਂ ਆ ਰਿਹਾ ਇੱਕ ਦੁੱਕਾ ਮੋਬਾਈਲ ਫੜ ਲਏ ਉਹ ਖਬਰਾਂ ਆ ਗਈਆਂ ਦੇਖੋ ਜੀ ਅਸੀਂ ਤਾਂ ਜ਼ੀਰੋ ਟੋਲਰੈਂਸ ਹੈ ਸਾਡੀ ਯਾਰ ਪਾਸੇ ਪਰ ਜਦੋਂ ਇਹੋ ਜਿਹੀ ਖਬਰਾਂ ਸਾਹਮਣੇ ਆਉਂਦੀਆਂ ਕਿ ਛੋਟੇ ਮੋਟਿਆਂ ਕੋਲੇ ਮੋਬਾਈਲ ਤੋਰੇ ਫਿਰਦੇ ਤੇ ਜਿਹੜੇ ਵੱਡੇ ਗੈਂਗਸਟਰ ਨੇ ਉਹਨਾਂ ਨੇ ਤਾਂ ਪੂਰੀ ਚੀਜ਼ ਤੇ ਲਈ ਹੋਣੀ ਸੁਖਵਿੰਦਰ ਮੈਂ ਇਹਨੂੰ ਬਹੁਤ ਬਰੀਫ ਚ ਦੱਸ ਦਿਆਂ ਸਾਰਿਆਂ ਨੂੰ ਸਮਝ ਪੈ ਜੂਗੀ ਕਹਿਣਾ ਕੀ ਚਾਹੁੰਨਾ। ਇੱਕ ਅਨਸੈੱਟ ਸਮਝੌਤਾ ਆ ਗੈਂਗਸਟਰਾਂ ਵਿੱਚ ਤੇ ਸਰਕਾਰ ਦੇ ਬੰਦਿਆਂ ਵਿੱਚ। ਜਿਹੜੇ ਸੱਤਾ 'ਚ ਹੈਗੇ ਆ। ਉਹ ਕੀ ਆ ਕਿ ਤੁਸੀਂ ਆਪਣਾ ਕੰਮ ਕਰੀ ਜਾਓ, ਸਾਨੂੰ ਆਪਣਾ ਕੰਮ ਕਰ ਦਿਓ। ਤੇ ਜੇ ਸਾਨੂੰ ਤੁਹਾਡੀ ਕਿਤੇ ਮਾੜੀ-ਮੁੱਟੀ ਲੋੜ ਪਊਗੀ, ਤੁਸੀਂ ਸਾਡੀ ਮਦਦ ਕਰ ਦਿਓ। ਕਿਤੇ ਉਹਨਾਂ ਦੀ ਵੀ ਤੇ ਸੇਵਾ ਦੀ ਲੋਡ ਪੁੱਠੇ ਕੰਮਾਂ ਲਈ ਪੈਂਦੀ ਆ ਇਹਨਾਂ ਨੂੰ। ਤੇ ਇਹ ਉਹ ਉਹਨਾਂ ਨੂੰ ਇਹ ਭਰੋਸਾ ਦੇ ਦਿੰਦੇ ਆ ਕਿ ਜਦੋਂ ਤੁਹਾਨੂੰ ਤੁਸੀਂ ਜਨਮ ਦਿਨ ਮਨਾਉਣਾ ਭੰਗੜੇ ਪਾਉਣੇ ਕੋਈ ਖੂਨ ਚਾਹੀਦਾ ਜਾਂ ਕੋਈ ਹੋਰ ਨਸ਼ਾ ਪੱਤਾ ਅੰਦਰ ਚਾਹੀਦਾ ਕੋਈ ਕਿਸੇ ਕਿਸਮ ਦਾ ਵੀ ਕੋਈ ਸਹੂਲਿਅਤ ਚਾਹੀਦੀ ਆ ਤੇ ਬਹੁਤਾ ਰੌਲਾ ਨਾ ਪਾਓ ਸਾਡੀ ਪੋਜੀਸ਼ਨ ਤੰਗ ਹੁੰਦੀ ਆ ਅਸੀਂ ਤੁਹਾਨੂੰ ਪਰਾਂ ਨੂੰ ਮੂੰਹ ਕਰ ਲਾਂਗੇ ਤੁਸੀਂ ਮਲਖੜੇ ਜੇ ਆਪਣਾ ਕੰਮ ਕਰ ਲਿਓ ਇਹ ਇੱਕ ਇੱਕ ਦੂਜੇ ਪ੍ਰਤੀ ਪ੍ਰੋਟੈਕਸ਼ਨ ਦਾ ਮਾਮਲਾ ਪ੍ਰੋਟੈਕਟੋਰੇਟ ਹੈ ਕਿ ਇੱਕ ਦੂਜੇ ਦੇ ਕਿ ਤੁਸੀਂ ਸਾਡਾ ਕੰਮ ਕਰੀ ਚੱਲੋ ਤੇ ਅਸੀਂ ਤੁਹਾਡਾ ਕਰੀ ਜਾਂਦੇ ਆ ਇਨ੍ਹਾਂ ਦੇ ਕੋਲ ਸਿੱਧਾ-ਸਿੱਧਾ ਕਨਫਰੋਂਟ ਕਰਕੇ ਉਹਨਾਂ ਦੇ ਨਾਲ ਪੰਗਾ ਲੈ ਕੇ ਆਡਾ ਲੈ ਕੇ ਉਹ ਇੱਥੋਂ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਜਾਂ ਉਸ ਕਿਸਮ ਦੇ ਕਿ ਗਲਤ ਕੰਮਾਂ ਤੋਂ ਜਾਂ ਭਾਵੇਂ ਉਹ ਜਿਹੜੇ ਵੀ ਕਿਸਮ ਦੇ ਨਸ਼ੇ ਪੱਤੇ ਹੋਰ ਦੋ ਨੰਬਰੀ ਕੰਮ ਕੋਲ ਲੁੱਟਾਂ ਸਾਰਾ ਕੁਝ ਜੋ ਰੋਜ਼ ਦਾ ਚੱਲਦਾ ਤੁਸੀਂ ਦੇਖ ਰਹੇ ਆ ਉਹ ਉਸ ਤੋਂ ਪੰਜਾਬ ਦੇ ਸਮਾਜ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਉਹ ਇਹਨਾਂ ਦੇ ਵਾਸਤੇ ਦੀ ਗੱਲ ਨਹੀਂ ਨਾ ਇਹਨਾਂ ਦਾ ਕੋਈ ਸੀਰੀਅਸਲੀ ਅਜੰਡਾ ਇਹਨਾਂ ਨੂੰ ਇਹ ਹੈ ਕਿ 5 ਸਾਲ ਮਿਲੇ ਆ ਇਹਦਾ ਵੱਧ ਤੋਂ ਵੱਧ ਜਿੰਨਾ ਵੀ ਕੋਈ ਲਾਹਾ ਲਿਆ ਜਾਂਦਾ ਉਹ ਲੈ ਲਓ ਤਾਂ ਕਿ ਇੰਨਾਂ ਕ ਸਾਡੇ ਇਹ ਸਹੂਲियत ਸਾਡੇ ਕੋਲ ਆ ਜਾਣ ਕਿਸੇ ਵੀ ਕਿਸਮ ਦੀਆਂ ਸਾਡੇ ਕੋਲ ਇੰਨੀ ਕ ਰਿਸੋਰਸਸ ਸਾਧਨ ਸਾਡੇ ਕੋਲ ਇੰਨੇ ਕ ਆ ਜਾਣ ਤਾਂ ਕਿ ਆਉਣ ਵਾਲੀ ਚੋਣ ਦੇ ਵਿੱਚ ਅਸੀਂ ਟੜਲੀ ਨਾ ਫੇਰ ਲੜ ਸਕੀ ਇਹ ਮਾਮਲਾ ਤੇ ਇੱਥੇ ਆ ਕੇ ਟਿਕਿਆ ਹੋਇਆ ਰਹੀ ਗੱਲ ਕਿਸਾਨਾਂ ਦੀ ਕਿਸਾਨਾਂ ਦੀ ਗੱਲ ਸਖਵਿੰਦਰ ਉਹ ਇਹ ਹੈ ਕਿ ਇਹ ਤੇ ਇੱਕ ਪ੍ਰੈਪੀਚੁਅਲ ਮਾਮਲਾ ਰਹਿਣਾ ਜਿਹਨੂੰ ਕਹਿੰਦੇ ਆ ਨਾ ਜਿਸ ਤਰ੍ਹਾਂ ਰੂਸ ਤੇ ਅਮਰੀਕਾ ਦੇ ਵਿੱਚ ਸ਼ੀਤ ਜੁੱਧ ਸੋਵੀਅਤ ਯੂਨੀਅਨ ਰੂਸ ਨਹੀਂ ਸੋਵੀਅਤ ਯੂਨੀਅਨ ਅਸੀਂ ਰੂਸ ਹੀ ਕਹਿੰਦੇ ਰਹੇ ਉਦੋਂ ਵੀ ਸੋਵੀਅਤ ਯੂਨੀਅਨ ਤੇ ਅਮਰੀਕਾ ਦੇ ਵਿੱਚ ਇੱਕ ਸ਼ੀਤ ਜੁੱਧ ਲੰਬਾ ਸਮਾਂ ਤੇ ਚੱਲਦਾ ਰਿਹਾ ਉਹੀ ਹਾਲਤ ਆਫਟਰ ਵਰਲਡ ਵਾਰ 2 ਹੈ ਨਾ 99 92 ਤੱਕ ਚੱਲਿਆ ਉਹ ਉਹੀ ਹਾਲਤ ਇਹ ਇਥੇ ਕਿਸਾਨਾਂ ਵਾਲੀ ਲਗਾਤਾਰ ਕਿਉਂਕਿ ਕਿਸਾਨਾਂ ਤੇ ਲਗਾਤਾਰ ਦਬਾਅ ਵਧਣਿਆ ਸਿਸਟਮ ਦੇ ਦਬਾਅ ਆ ਉਹ ਗਲੋਬਲ ਦਬਾਅ ਆ ਸਾਰੀਆਂ ਫੰਡਿੰਗ ਏਜੰਸੀਆਂ ਦੇ ਦਬਾਅ ਆ ਉਹ ਕਹਿੰਦੇ ਕਿ ਪਹਿਲਾਂ ਇਹਨਾਂ ਨੂੰ ਮਾਰੋ ਇਹਨਾਂ ਨੂੰ ਖਦੇੜੋ ਇਹਨਾਂ ਦੀਆਂ ਜ਼ਮੀਨਾਂ ਸਾਨੂੰ ਦਿਓ ਇਹਨਾਂ ਦੇ ਕਾਰੋਬਾਰ ਸਾਨੂੰ ਦਿਓ ਇਹਨਾਂ ਨੂੰ ਭਾਵੇਂ ਸਮੁੰਦਰ 'ਚ ਤੁਟੋ ਭਾਵੇਂ ਤੁਸੀਂ ਕੈਨੇਡਾ ਭੇਜੋ ਜੋ ਮਰ ਗਏ ਇਹਨਾਂ ਨੂੰ ਖਦੇੜੋ ਜ਼ਮੀਨਾਂ ਅਸਲੀ ਮਾਮਲਾ ਇਹ ਦੁਬਾ ਹੈਗਾ ਉਸੇ ਤਰੀਕੇ ਨਾਲ ਕੰਪਰੋਮਾਈਜ਼ ਉੱਥੇ ਵੀ ਕਰਦੇ ਉਹ ਕਹਿੰਦੇ ਦੇ ਯਾਰ ਸਾਨੂੰ ਤੇ 15-20 ਹਜ਼ਾਰ ਕਰੋੜ ਰੁਪਇਆ ਦੇ ਆਪਾਂ ਨਹੀਂ ਕਿ ਲੈਣਾ ਜੋ ਕਹੋਗੇ ਅਸੀਂ ਕਰ ਦਿੰਦੇ ਆ ਅਸੀਂ ਇਹਨਾਂ ਨੂੰ ਮਰਨ ਦਿੰਦੇ ਆ ਜੇ ਕਹੋ ਤੇ ਕੁਝ ਹੋਰ ਵੀ ਪੁੱਠੀ ਸਿੱਧੀ ਉਹ ਜੜੀਆਂ ਦਵਾਈਆਂ ਪਾਉਣੀਆਂ ਕੁਝ ਘਟਕਿਆ ਦੇ ਦਾਂਗੇ ਆਪੇ ਫਸਲਾਂ ਨਹੀਂ ਹੋਣਗੀਆਂ ਭੁੱਖੇ ਮਰਦੇ ਕਰਜ਼ਾਈ ਆਪੇ ਉਜੜ ਭੱਜੜ ਜਾਣਗੇ ਇਸ ਕਿਸਮ ਦਾ ਮੈਨੂੰ ਕਿ ਇਹ ਨਾ ਕੋਈ ਕਾਂਸਪੀਰੇਸੀ ਚੁਕ ਕੀਤਾ ਜਾ ਰਿਹਾ ਜਾਂ ਡੈਲੀਬਰੇਟਲੀ ਕੀਤਾ ਜਾ ਰਿਹਾ ਜਦੋਂ ਨੈਗਲੈਕਟ ਕਰਦੇ ਨੇ ਤੇ ਆਪਣੇ ਆਪ ਹੋ ਹੀ ਜਾਂਦਾ ਜਦੋਂ ਤੁਸੀਂ ਸੀਰੀਅਸਲੀ ਉਸ ਗੱਲ ਨੂੰ ਕੰਮ ਨਹੀਂ ਕਰਦੇ ਕਿੱਥੇ ਗਈ ਕੇਤੀ ਪਾਲਿਸੀ ਕਿ ਹੁਣ ਇਹ 7500 ਕੇ ਕਿੰਨਾ ਕਮਿੰਟਲ ਦਾ ਰੇਟ ਆ ਮੈਂ ਕੈਲਕੂਲੇਟ ਕਰ ਰਿਹਾ ਸੀਗਾ 7500 ਤੋਂ ਲੈ ਕੇ 950 ਰੁਪਇਆ ਪਰ ਕਮਿੰਟਲ ਜੋ ਮਿਨਿਮਮ ਸਪੋਰਟ ਪ੍ਰਾਈਸ ਆ ਮੂੰਗੀ ਦੀ ਉਹਦੇ ਨਾਲੋਂ ਥੱਲੇ ਮਿਲ ਰਿਹਾ ਇਸ ਵੇਲੇ ਕਿਸਾਨ ਪਿੱਟਣਗੇ ਨਹੀਂ ਇਸੇ ਤਰ੍ਹਾਂ ਮੱਕੀ ਦਾ ਹਾਲ ਆ ਐਸੇ ਤਰ੍ਹਾਂ ਦੂਜੀਆਂ ਇੱਕ ਪਾਸੇ ਤੁਸੀਂ ਦਵਾਈ ਪਾਈ ਆ ਹਾਏ ਪਾਣੀ ਬੋਗ ਗਿਆ ਓਏ ਹਾਏ ਕਿਉਂ ਨਹੀਂ ਤੋ ਫਟਾ ਲਿਓ ਬਹੁਤ ਮਾੜਾ ਹਾਲਿਆ ਤੁਸੀਂ ਮੂੰਗੀ ਬਿਜੋ ਆਖ ਰਹੇ ਜਿੰਨੀਆਂ ਮਰਜੀ ਭਾਸ਼ਣ ਤੇ ਜਿੰਨੇ ਮਰਜੀ ਚੁਟਕਲੇ ਸੁਣ ਲਓ ਤੁਸੀਂ ਭਗਵੰਤ ਮਾਨ ਕੋਲ ਪਰਤ ਰਾਤ ਤੇ ਹੋ ਕੀ ਰਿਆ ਤੇ ਇਹੀ ਗੱਲ ਹੈ ਕਿ ਅੱਜ ਕਿਸਾਨ ਆਮ ਸਾਹਿਬ ਤੇ ਇਕੱਠੇ ਹੋ ਰਹੇ ਆ ਉਹ ਇਹ ਗੱਲ ਦੀ ਮੰਗ ਕਰਨਗੇ ਵੀ ਸਾਨੂੰ ਜੋ ਖਰਾਬੇ ਆ ਪ੍ਰਾਣਾ ਕੀਤਾ ਹੈ ਪੁਰਾਣੇ ਵਾਰ ਨਵੀਂ ਚਿੱਟੀ ਮੱਖੀ ਉਹ ਗੁਲਾਬੀ ਸੁੰਢੀ ਫੇਰ ਆ ਗਈ ਹੈ ਚਿੱਟੀ ਮੱਖੀ ਨਹੀਂ ਗੁਲਾਬੀ ਸੁੰਢੀ ਟਿੰਡਿਆਂ ਚੋਂ ਕੱਢ-ਕੱਢ ਕੇ ਦਿਖਾ ਰਹੇ ਉਹਦਾ ਹਮਲਾ ਫੇਰ ਸ਼ੁਰੂ ਹੋ ਗਿਆ ਪ੍ਰਾਣਿਆਂ ਦੇ ਜਿਹੜੇ ਖਰਾਬੇ ਹੋਏ ਅਜੇ ਤੱਕ ਮਿਲੇ ਨਹੀਂ ਹੈਗੇ ਇਸ ਤਰ੍ਹਾਂ ਜਿਹੜੀਆਂ ਫਸਲਾਂ ਜੇ ਕੀ ਕਹਿੰਦੇ ਸੀ ਜੇਬ ਚ ਰਕਮ ਤੇ ਖੇਤਾਂ ਚ ਫਸਲ ਇਹੋ ਜੀ ਕੋਈ ਗੱਲ ਕਰ ਰਹੇ ਸੀਗੇ ਉਹ ਕਿੱਥੇ ਗਏ ਫਸਲਾਂ ਦੇ ਚਲੇ ਗਈਆਂ ਮੰਡੀਆਂ ਤੋਂ ਗਾਂ ਕਿਤੇ ਦੀ ਕਿਤੇ ਪਹੁੰਚ ਗਈ ਉਹ ਖਾ ਵੀ ਲਏ ਹੋਣੇ ਦਾਣੇ ਤੇ ਅਜੇ ਲੋਕਾਂ ਨੂੰ ਉਹ ਜਿਹੜੇ ਫਸਲਾਂ ਦੇ ਕਣਕ ਦਾ ਖਰਾਬਾ ਹੋਇਆ ਸੀਗਾ ਹੁਣ ਝੋਨਾ ਬੀਜਣ ਤੇ ਆ ਗਿਆ ਅਜੇ ਤੱਕ ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲਿਆ ਇਹ ਸਾਰੀਆਂ ਗੱਲਾਂ ਕਰਨ ਲਈ ਕਿਸਾਨ ਵੀਰ ਆਪਣਾ ਡਾਂਸੋਟਾ ਟਰੈਕਟਰ ਟਰਾਲੀ ਨਾਲ ਲੈ ਕੇ ਆਉਣਗੇ ਇੱਕ ਪਰਪੀਚੁਅਲ ਸੀਤ ਜੁੱਦ ਵਾਂਗੂ ਕੋਈ ਵੀ ਸਰਕਾਰ ਆ ਜੇ ਤੇ ਕਿਸਾਨ ਵਰਸਸ ਕਿਸਾਨ ਬਨਾਮ ਸਰਕਾਰਾਂ ਇਹ ਚੱਲਦਾ ਰਹਿਣਾ ਕਿਉਂਕਿ ਇਹ ਇੱਕ ਖੂਨ ਦੀ ਲੜਾਈ ਆ ਪਿੰਡਾਂ ਨੂੰ ਬਚਾਉਣ ਦੀ ਲੜਾਈ ਆ ਔਰ ਇਹ ਵੱਡੇ ਪੱਧਰ ਤੇ ਲੜਨੀ ਪਊਗੀ ਤੇ ਲਗਾਤਾਰ ਲੜਨੀ ਪਊਗੀ ਤਾਂ ਹੀ ਬਚਾਅ ਹੋ ਸਕਦਾ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਮਿੰਦਰ ਜੀ ਤਾਡਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਮੇਰੇ ਨਾਲ ਮੌਜੂਦ ਸਰੂਕੀ ਸਿਆਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਨ ਤੇ ਸਰਕਾਰ ਦੇ ਵਿਚਾਰੇ ਜੋ ਕੁਝ ਚੱਲ ਰਿਹਾ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਨਾਲ ਨਾਲ ਜੋ ਨਸ਼ਿਆਂ ਨੂੰ ਲੈ ਕੇ ਸਰਕਾਰ ਕਹਿੰਦੀ ਕਿ ਅਸੀਂ ਨੀਤੀ ਲੈ ਕੇ ਆਉਣੀ ਆ ਤੇ ਕਿਸਾਨਾਂ ਦੇ ਮਸਲੇ ਉੱਤੇ ਇਹਦੀ ਵੀ ਖੇਤੀ ਨੀਤੀ ਦੀ ਉਡੀਕ ਹੈ ਕਿ ਇਹਨਾਂ ਨੇ ਕੀ ਕਰਨਾ ਹੈ ਇਸ ਮਸਲੇ ਦੇ ਉੱਤੇ ਸਰਕਾਰ ਨੇ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਵਿਚਾਰ ਕਮੈਂਟ ਕਰਿਓ ਤਾਂ ਕਿ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁਕ ਤੇ ਫੋਲੋ ਕਰੋ ਧੰਨਵਾਦ